बोल वे मेरे दिल दे जैनिया दो पल बह जा कोल वे मेरे दिल दे जानिया मिठड़े लग दे बोल वे मेरे दिल दे जानिया मिठड़े लग दे बोल वे मेरे दिल दे जानिया। जी हाँ दोस्तों, तुसी समझ गए होने कि आज मिठड़े बोलने वाला मेरे को लाया है, लेकिन थोड़ा शब्द ही असी हमेशा ही अपने सितारे प्रोग्राम दे विच एंटरटेनमेंट करने की पूरी पूरी कोशिश करते हैं। कबूल करो, स्वीकार करो, जगदीप वालों गुड इवनिंग, नमस्ते, सलाम अलैकुम, ते बड़ी प्यार भरी सत श्री अकाल, जय गुरुदेव। होर सुनियो की हाल चाल। इस प्रोग्राम थोड़ा अपने सितारे प्रोग्राम थोड़ा स्वागत करते हुए मैं दसांगी इस प्रोग्राम से बड़े कलाकार कलाकारा आते हैं, भंगड़े वाले, गिद्दे वाले, यू नेम इट, म्यूजिशियंस आते हैं, पोएट्स आते हैं, सारे इस प्रोग्राम से आते हैं। लेकिन जो आज मेरे को कलाकार आया एथे दे बॉर्न बींग बॉर्न हेयर, ही इज रियली गुड, हिज वॉइस इज सो गुड, ही इज मार्वलेस, वन एंड ओनली बंगट जी, थोड़ा स्वागत करांगे जी आयनु, वेलकम टू द शो। थैंक यू सो मच। हाँ जी बंगट, फिर कितने देर बाद आए हैं, है ना, इसमें काफी टाइम हो गया, काफी टाइम हो गया, मैं तो क्या सी आओ, पर तुसी बिजी बहुत रहने हो, हुन नवे गाने लगाए हैं तो तुसी आंदा हुन मैं आ जा करने। अच्छा दैट्स गुड। अच्छा जेड़ा ये गीत थोड़ा ब्रांड न्यू बने, हां जी, भंगड़े दा गाना, भंगड़े दा गाना जी, हां जी, अच्छा बिल्कुल नवा गीत है, ये भंगड़े मुख रख के बनाया गीत। अच्छा अच्छा अच्छा, तो इंडिया दे विच बनाया, हां जी, वीडियो दा इथे इंग्लैंड, हाफ इंग्लैंड कीता, हाफ इंडिया च। अच्छा सुखजीता मेरा गुरपाई भी है, मेरा परमित्र भी बहुत ज्यादा। अच्छा उन्होंने म्यूजिक किया ते इंडिया च निकू पाजी हुनी उन्होंने, इंद्रजीत निकू उन्होंने, नहीं दूसरे एक और। अच्छा 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 अच्छा, ते उन्होंने म्यूजिक देता। अच्छा लिखिया किने, ये लिखिया हैगा एक और निकू। अच्छा उन्होंने दा नाम, तुसी सारे निक्के इकट्ठे कर ले। अच्छा ते उन्होंने लिखिया ते उन्होंने संगीत बनाया, फिर गाया तुसी, फिर वीडियो भी ओथे इंडिया च बनाई। वीडियो हां जी रियल, केड़े शहर च, ए दी वीडियो असी कीती सी दुसांझा पिंड। All right, the science of it. अच्छा पिंड ਦੇ ਵਿੱਚ ਕੀਤੀ, ਪਿੰਡ ਚ ਕੀਤੀ ਸੀਗੀ, ਉੱਥੇ ਉਹਨਾਂ ਨੇ ਸੈੱਟ ਲਾਇਆ। ਅੱਛਾ ਮਤਲਬ ਦੋ ਖੱਤਿਆਂ ਚ ਉਹਨਾਂ ਨੇ ਬਣਾਇਆ ਜਿੱਦਾਂ ਸੈੱਟ ਬਣਾਇਆ, ਤੇ ਉੱਥੇ ਜਾ ਕੇ ਫਿਰ ਅਸੀਂ ਸ਼ੂਟ ਕੀਤਾ ਸੀ। ਹਾਂ ਬਹੁਤ ਇੰਜੋਏ ਕੀਤਾ ਇਸ ਵੀਡੀਓ ਦੇ ਵਿੱਚ। ਅੱਛਾ ਵੈਲ ਇਟ ਲੁਕਸ ਲਾਈਕ ਕਿ ਵੀ ਬਹੁਤ ਹੀ ਖੂਬਸੂਰਤ ਬਣੀ ਹੈ। ਐ ਕਰੋ ਤੁਸੀਂ ਦੋ ਲਾਈਨਾਂ ਪਹਿਲਾਂ ਇਹਦੀਆਂ ਸੁਣਾ ਦਿਓ, ਨਵੇਂ ਗਾਣੇ ਦੀ। ਇਹਦੇ ਬੋਲ ਮੈਨੂੰ ਚੇਤੇ ਨਹੀਂ ਰਹਿੰਦੇ ਬਹੁਤ। ਅੱਛਾ ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ, ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ, ਤੇਰੀ ਮੇਰੀ ਜੋੜੀ ਪੂਰੀ ਹਿੱਟ ਜਮਾ ਫਿੱਟ, ਕੁੜਤੀ ਨੂੰ ਲੱਗੇ ਜਿਵੇਂ ਬਟਣੇ ਨੇ ਟਿੱਚ, ਅੱਜ ਤੋਂ ਆਪਾਂ ਇੱਕੋ ਥਾਲੀ ਵਿੱਚ ਖਾਣਾ। ਹਾਏ ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ, ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ, ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ, ਭੰਗੜੇ ਦਾ ਗਾਣਾ ਲਾ ਦੇ, ਭੰਗੜੇ ਦਾ ਗਾਣਾ। ਵੁੱਡ ਯੂ ਬਲੀਵ ਕਿ ਸਾਡੇ ਕਾਸ਼ੀ ਟੀਵੀ 'ਤੇ ਚੱਲਦਾ ਭੰਗੜੇ ਦਾ ਗਾਣਾ? ਕਾਸ਼ੀ ਟੀਵੀ 'ਤੇ ਇੱਕ ਦਿਨ 'ਚ ਤਿੰਨ ਵਾਰੀ ਦਿਖਾਉਂਦੇ ਆ ਤੁਹਾਡਾ ਗਾਣਾ, ਔਰ ਫਿਰ ਸਾਰਾ ਮਹੀਨਾ ਲਗਾਉਣਾ, ਅਤੇ ਹੁਣ ਤੁਹਾਡਾ ਕਾਫੀ ਚੱਲ ਰਿਹਾ, ਲੋਕਾਂ ਨੂੰ, ਸਾਡੇ ਆਡੀਅੰਸ ਨੂੰ ਤਾਂ ਪਸੰਦ ਵੀ ਬਹੁਤ ਆ ਰਿਹਾ, ਜੇ ਮੈਨੂੰ ਪਸੰਦ ਆ ਰਿਹਾ ਤਾਂ ਆ ਰਿਹਾ ਸਭ ਨੂੰ, ਸਾਰੇ ਸਰੋਤੇ ਜਿਹੜੇ ਵੀ ਸੁਣਦੇ, ਜਿਹੜੇ ਵੀ ਸਪੋਰਟ ਕਰਦੇ, ਮੈਂ ਤਹਿ ਦਿਲੋਂ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ, ਉਹਨਾਂ ਦਾ ਰਿਣੀ ਹੈ, ਸੱਚੀ ਅਸੀਂ ਰੀਣੀ ਆ ਇਹਨਾਂ ਦੇ ਸਾਰਿਆਂ ਦੇ, ਵਾਰੀ ਜਾਂਦੇ ਹਾਂ ਜਿਹੜੇ ਸਾਡੇ ਦਰਸ਼ਕ ਦੇਖਦੇ ਆ ਇਹਨਾਂ ਗੀਤਾਂ ਨੂੰ, ਸੁਣਦੇ ਆ ਇਹਨਾਂ ਗੀਤਾਂ ਨੂੰ, ਔਰ ਪਿਆਰ ਦਿੰਦੇ ਆ ਇਹਨੇ ਗੀਤਾਂ ਨੂੰ ਇਹ, ਸੋ ਅੱਛਾ ਲੱਗਦਾ। ਕਿੱਥੇ ਜਨਮ ਹੋਇਆ ਥੋੜ੍ਹਾ ਜਿਹਾ ਸਾਡੇ, ਤੁਸੀਂ ਬੜੀ ਦੇਰ ਬਾਅਦ ਆਏ ਹੋ, ਸਾਡੇ ਦੇਖਣ ਵਾਲਿਆਂ ਨੂੰ ਥੋੜ੍ਹਾ ਦੱਸੋ ਕਿ ਇਹ ਕਲਾਕਾਰ ਕਿੱਥੋਂ ਜੰਮਿਆ, ਕਿੱਥੋਂ ਸ਼ੌਕ ਪਿਆ? ਪਹਿਲਾਂ ਤਾਂ ਮੈਂ ਕਲਾਕਾਰ ਤਾਂ ਨਹੀਂ ਹੈਗਾ। ਨਹੀਂ ਹੈਗੇ? ਅੱਛਾ ਚੱਲ ਇਨਸਾਨ। ਅੱਛਾ ਮੈਂ ਇੱਥੇ ਹੰਸਵਿਥ ਬਰਮਿੰਗਮ ਦੇ ਵਿੱਚ ਬੋਰਨ। ਅੱਛਾ ਬਰਮਿੰਗਮ ਬੋਰਨ। ਬਰਮਿੰਗਮ ਦੇ ਵਿੱਚ ਬੋਰਨ ਐਂਡ ਬ੍ਰੈਡ। ਅੱਛਾ ਸਕੂਲ ਮੈਂ ਇੱਥੇ ਗਿਆ। ਅੱਛਾ ਤੇ ਇੱਥੇ ਜੰਮਿਆ, ਇੱਥੇ ਪਲਿਆ। ਤੁਹਾਡੀ ਪੰਜਾਬੀ ਇੰਨੀ ਸੋਹਣੀ ਕਿਵੇਂ ਹੈ? ਇਹ ਇਹਦਾ ਇਹ ਮੇਰੇ ਮੰਮੀ ਡੈਡੀ ਦਾ ਸਦਕਾ। ਅੱਛਾ ਉਹਨਾਂ ਨੇ ਰੂਲ ਬਣਾਇਆ ਸੀ ਵੀ ਜਦੋਂ ਘਰੇ ਆਉਣਾ ਅਸੀਂ ਇੰਗਲਿਸ਼ ਨਹੀਂ ਬੋਲ ਸਕਦੇ। ਅੱਛਾ ਉਹ ਸਾਡਾ ਛੋਟੇ ਹੁੰਦੇ ਤੋਂ ਰੂਲ ਹੁੰਦਾ ਸੀ, ਤੇ ਫਿਰ ਘਰ ਦੇ ਵਿੱਚ ਸਾਨੂੰ ਪੰਜਾਬੀ ਹੀ ਬੋਲਣੀ ਪੈਂਦੀ ਸੀ। ਅੱਛਾ ਅੱਛਾ ਅੱਛਾ। ਤੇ ਇਸ ਕਰਕੇ ਫਿਰ ਮੰਮੀ ਡੈਡੀ ਉਹਨਾਂ ਨੇ ਇੰਡੀਆ ਵੀ ਇੱਕ ਸਾਲ 'ਚ ਇੱਕ ਵਾਰੀ ਗੇੜਾ ਸਾਡਾ ਲਵਾਈ ਦੇਣਾ, ਅਤੇ ਫਿਰ ਮੈਂ ਉੱਥੇ ਜਾ ਕੇ। ਕਿਹੜੇ ਪਿੰਡ ਜਾਂਦੇ ਹੁੰਦੇ ਸੀ? ਸਾਡਾ ਪਿੰਡ ਹੈਗਾ ਬੜਾ ਪਿੰਡ ਗੁਰਾਇਆ ਦੇ ਕੋਲ ਆ। ਅੱਛਾ ਮੈਂ ਪੁੱਛਦਾ ਆ ਰਹੀ, ਮੈਨੂੰ ਬਹੁਤ ਪਤਾ। ਨਹੀਂ ਨਹੀਂ, ਅੱਛਾ ਗਰਾਇਆ ਦੇ ਕੋਲ ਹੈ। ਗਰਾਇਆ ਕਿੱਥੇ? ਜਲੰਧਰ ਦੇ ਕੋਲ ਹੈ।
ਲੁਧਿਆਣੇ ਤੇ ਜਲੰਧਰ ਦੇ ਮਿਡਲ ਚ ਅੱਛਾ ਅੱਛਾ ਚਲੋ ਐਨੀਵੇ ਮਤਲਬ ਕਿ ਤੁਸੀਂ ਪਿੰਡ ਚ ਗਏ ਹੋ ਹਾਂ ਮੇਰਾ ਮਕਸਦ ਇਹ ਪੁੱਛਣ ਦਾ ਕਿ ਪਿੰਡ ਗਏ ਹੋ ਤੁਸੀਂ ਸਾਡਾ ਜੱਦੀ ਘਰ ਹਾਲੇ ਵੀ ਹੈਗਾ ਉੱਥੇ ਅੱਛਾ ਅੱਛਾ ਤੇ ਉਹ ਤਾਂ ਸਾਡੀ ਕੋਠੀ ਲੁਧਿਆਣੇ ਹੁੰਦੀ ਸੀ ਸੋ ਯੂ ਗੋ ਕੁਆਟ ਆਫਨ ਹੁਣ ਘਟਿਆ ਥੋੜਾ ਜਿਹਾ ਹੁਣ ਘਟ ਜਾਂਦੇ ਹੁਣ ਘਟਿਆ ਪਹਿਲਾਂ ਹੁੰਦੇ ਸੀ ਜ਼ਿਆਦਾ ਲੋਕਡਾਊਨ ਤੋਂ ਬਾਅਦ ਥੋੜੇ ਜਿਹਾ ਤੇ ਫਿਰ ਗੀਤ ਸੰਗੀਤ ਦਾ ਸ਼ੌਕ ਘਰ ਚ ਕਿੰਨੂ ਸੀਗਾ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਨਹੀਂ ਜੀ ਇੱਕੋ ਜੰਮਿਆ ਅੱਛਾ ਤੇ ਮਤਲਬ ਫਿਰ ਕਿਵੇਂ ਸ਼ੌਕ ਪਿਆ ਤੁਹਾਨੂੰ ਕਿਹੜੇ ਸਿੰਗਰ ਤੋਂ ਤੁਹਾਨੂੰ ਸ਼ੌਕ ਪਿਆ ਸਿੰਗਰ ਜਿਹੜਾ ਮੇਰਾ ਫੇਵਰਿਟ ਜਿਹਨਾਂ ਨੂੰ ਮੈਂ ਉਸਤਾਦ ਦੇਖ ਕੇ ਸੁਣ ਕੇ ਮੰਨ ਕੇ ਤੁਰਿਆ ਉਹ ਹੈਗਾ ਉਸਤਾਦ ਜੀ ਕੁਲਦੀਪ ਮਾਨਕ ਕੁਲਦੀਪ ਮਾਨਕ ਬੜੇ ਹੀ ਸਿੰਗਰਸ ਨੇ ਕੁਲਦੀਪ ਮਾਨਕ ਜੀ ਨੂੰ ਸੁਣਿਆ ਕੁਲਦੀਪ ਮਾਨਕ ਜੀ ਦੇ ਉਸ 'ਤੇ ਨਕਸ਼ੇ ਕਦਮ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਤੁਸੀਂ ਤਾਂ ਆਪਣਾ ਪਹਿਰਾਵਾ ਜਿਹਾ ਵੀ ਮੈਂ ਦੇਖਿਆ ਹਮੇਸ਼ਾ ਜੋ ਤੁਸੀਂ ਸਟੇਜ 'ਤੇ ਹੁੰਦੇ ਹੋ ਤਾਂ ਉਹੋ ਜਿਹਾ ਹੀ ਬਣਾ ਲੈਂਦੇ ਹੋ ਹੈ ਨਾ ਬਣ ਜਾਂਦਾ ਹਾਂ ਨਹੀਂ ਕਿਉਂਕਿ ਤੁਸੀਂ ਬਣਾਇਆ ਡਿਜ਼ਾਈਨ ਇਸ ਤਰ੍ਹਾਂ ਦਾ ਹੋਇਆ ਅੱਛਾ ਉਹਨਾਂ ਦਾ ਕਿਹੜਾ ਗੀਤ ਪਸੰਦ ਸੀ ਤੁਹਾਨੂੰ ਉਹਨਾਂ ਦੇ ਮਾਨਕ ਦੇ ਹਰੇਕ ਗੀਤ ਕੁਲਦੀਪ ਮਾਨਕ ਜੀ ਦੇ ਮਤਲਬ ਤੁਸੀਂ ਜਿਹੜਾ ਵੀ ਤੁਸੀਂ ਨਹੀਂ ਦੱਸੋ ਨਾ ਤੁਹਾਡੇ ਦਿਲ ਨੂੰ ਕੀ ਪਾਇਆ ਕਿ ਮੈਂ ਸਿੰਗਰ ਬਣਾ ਮੈਂ ਵੀ ਗਾਵਾਂ ਕਿਹੜਾ ਗੀਤ ਤੁਹਾਡੇ ਦਿਲ 'ਚ ਇਹ ਆਇਆ ਕਿ ਵੀ ਮਾਨਕ ਸਾਹਿਬ ਦਾ ਸੁਣ ਕੇ ਮੈਂ ਸਿੰਗਰ ਨਹੀਂ ਬਣਨਾ ਚਾਹੁੰਦਾ ਸੀ ਮੈਂ ਹੈਗਾ ਮਿਊਜ਼ੀਸ਼ੀਅਨ ਅੱਛਾ ਪਹਿਲਾਂ ਤੋਂ ਜਦੋਂ ਸਕੂਲ ਦੇ ਵਿੱਚ ਮੈਂ ਰਿਦਮ ਸਿੱਖਿਆ ਸੀ ਤਬਲਾ ਢੋਲਕ ਅੱਛਾ ਅੱਛਾ ਢੋਲ ਵੀ ਵਜਾ ਲੈਂਦੇ ਹੋ ਨੋ ਵੰਡਰ ਸਾਡੇ ਮਨੀ ਜੀ ਕਹਿੰਦੇ ਇਹ ਢੋਲ ਵਜਾ ਲੈਂਦੇ ਪਹਿਲਾਂ ਮੈਂ ਕਿਹਾ ਮੈਨੂੰ ਤਾਂ ਮੈਂ ਉੱਥੇ ਪੁੱਛੂੰਗੀ ਨਹੀਂ ਮੇਰੇ ਉਸਤਾਦ ਜੀ ਗੁਰਚਰਨਵਾਲ ਸਾਹਿਬ ਅੱਛਾ ਅੱਛਾ ਵੱਡੇ ਉਸਤਾਦ ਆ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਉਹਨਾਂ ਦੇ ਨਾਲ ਮੈਂ ਕਈ ਸਾਲ ਬਹੁਤ ਸਾਲ ਹਾਲੇ ਵੀ ਉਹਨਾਂ ਤੋਂ ਅਸੀਂ ਸਿੱਖਿਆ ਲੈ ਰਹੇ ਤੇ ਉਹ ਢੋਲ ਵੀ ਵਜਾ ਦਿੰਦਾ ਤੇ ਮੈਂ ਕਈ ਰਿਕਾਰਡਿੰਗਸ ਦੇ ਵਿੱਚ ਵੀ ਵਜਾਇਆ ਅੱਛਾ 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 ਮੈਂ ਦੇਖ ਰਹੀ ਹਾਂ ਤੁਹਾਡੇ ਸਾਹਮਣੇ ਬੜਾ ਕੁਛ ਪਿਆ ਇਹ ਕੀ ਕੁਛ ਹੈ ਇੱਥੇ ਆਏ ਬਹੁਤ ਕੁਛ ਅੱਛਾ ਇਹ ਫਲੂਟ ਵੀ ਹੈ ਹਾਂਜੀ ਬਾਂਸਰੀ ਅਲਗੋਜ਼ੇ ਤੇ ਤੁੰਬੀ ਅਲਗੋਜ਼ੇ ਹਾਂਜੀ ਤੇ ਇਹ ਅਲਗੋਜ਼ੇ ਨਹੀਂ ਉਹ ਕਿੰਨੇ ਬੜੇ ਹੁੰਦੇ ਆ ਉਹ ਤਾਂ ਹੈ ਨਹੀਂ ਇੱਥੇ ਉਹ ਇਹ ਅੱਛਾ ਇਹ ਸ਼ਰੀਫ ਜੇ ਹੈ ਅੱਛਾ ਸ਼ਰੀਫ ਜੇ ਨਹੀਂ ਤਾਂ ਮਤਲਬ ਕਿ ਮੈਨੂੰ ਲੱਗਿਆ ਸੀ ਅਲਗੋਜ਼ੇ ਹੁੰਦੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ ਨਾ ਫੁੱਲ ਵਗੈਰਾ ਲੱਗੇ ਹੁੰਦੇ ਆ ਆਲਰਾਈਟ ਅੱਛਾ ਅੱਜ ਵਿਚਾਰਿਆਂ ਨੂੰ ਤੁਸੀਂ ਬਿਨਾਂ ਫੁੱਲਾਂ ਤੋਂ ਲਿਆ ਇਹ ਕੰਮ ਵਾਲੇ ਬੰਦੇ ਆ ਵਿਚਾਰੇ ਅੱਛਾ ਇਹ ਸਟੂਡੀਓ ਦੇ ਵਿੱਚ ਰਿਕਾਰਡਿੰਗਸ ਦੇ ਵਿੱਚ ਇਦਾਂ ਦੀ ਚੀਜ਼ ਦੇ ਵਿੱਚ ਉਹ ਫਿਰ ਸਟੂਡੀਓ ਦੇ ਵਿੱਚ ਆਲਰਾਈਟ ਫਿਰ ਸਟੇਜ ਤੇ ਦੂਸਰੇ ਲੈ ਕੇ ਜਾਂਦੇ ਸਟੇਜ ਤੇ ਡੈਕੋਰੇਸ਼ਨ ਵਾਲੇ ਚ ਲੈ ਕੇ ਜਾਣੇ ਚਾਹੀਦੇ ਫਿਰ ਇਹ ਕਿੱਥੋਂ ਸਿੱਖੇ ਅਲਗੋਜ਼ੇ ਇਹ ਮੇਰੇ ਉਸਤਾਦ ਜੀ ਤੇਵਰਾ ਚ ਸਲੰਕਰ ਮੈਂ ਕੀ ਕਹਿ ਕੇ ਹਟੀ ਸੀ ਦੋਸਤੋ ਜਦੋਂ ਇਹ ਆਪਣੇ ਚੀਜ਼ਾਂ ਕੱਢ ਰਹੇ ਸੀ ਨਾ ਤਾਂ ਦੇਵਰਾਜ ਜੱਸਲ ਸਾਹਿਬ ਰਾਈਟਰ ਵੀ ਬੈਸਟ ਸੀ ਔਰ ਉਹ ਹਰੇਕ ਇੰਸਟਰੂਮੈਂਟ ਵਜਾਉਂਦੇ ਸੀ ਔਰ ਮੈਂ ਨਾ ਜਦੋਂ ਕੱਢ ਰਹੇ ਸੀ ਤਾਂ ਮੈਂ ਬੰਗਰ ਜੀ ਨੂੰ ਕਿਹਾ ਮੈਂ ਕਿਹਾ ਮੈਨੂੰ ਤਾਂ ਅੱਜ ਨਾ ਦੇਵਰਾਜ ਜੱਸਲ ਜੀ ਯਾਦ ਆ ਗਏ ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਉਹਨਾਂ ਕੋਲੋਂ ਸਿੱਖਿਆ ਤਾਂ ਕਿਉਂਕਿ ਜਦੋਂ ਉਹ ਪੂਰੇ ਹੁੰਦੇ ਆ ਨਾ ਛੋਟੀ ਜਿਹੀ ਮੈਂ ਗੱਲ ਕਰਨਾ ਹਾਂਜੀ ਤਾਂ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਫੋਨ ਆਇਆ ਕਿ ਜਗਦੀਪ ਮੈਂ ਨਾ ਆਪਣੇ ਸਾਰੇ ਇੰਸਟਰੂਮੈਂਟਸ ਲਿਆ ਕੇ ਨਾ ਤੇਰੇ ਪ੍ਰੋਗਰਾਮ 'ਚ ਵਜਾ ਕੇ ਦਿਖਾਉਣਾ ਚਾਹੁੰਦਾ ਮੈਂ ਕਿਹਾ ਹੁਣ ਜੱਸਲ ਸਾਹਿਬ ਜਿਸ ਤਰ੍ਹਾਂ ਮੇਰੀ ਆਦਤ ਹੈ ਹੁਣ ਇੰਨੇ ਵੱਡੇ ਨਾ ਚੱਕ ਲਿਆ ਇੰਨਾ ਤਾਂ ਟਾਈਮ ਹੀ ਨਹੀਂ ਹੋਣਾ ਕਹਿੰਦੇ ਨਹੀਂ ਥੋੜ੍ਹਾ ਥੋੜ੍ਹਾ ਵਜਾਉਂਗੇ ਪਰ ਮੈਂ ਸਾਰੇ ਵਜਾ ਕੇ ਦਿਖਾਉਣੇ ਮੈਨੂੰ ਤਾਂ ਯੂਟਿਊਬ 'ਤੇ ਵੀ ਨਾ ਉਹ ਕਿਤੇ ਹੈ ਉਹਨਾਂ ਦਾ ਪ੍ਰੋਗਰਾਮ ਹੈਗਾ ਨਾ ਹਾਂ ਕਿਉਂਕਿ ਉਹਨਾਂ ਦੇ ਨਾਲ ਸੰਗਤ ਵੀ ਕੀਤੀ ਉਹਨਾਂ ਤੋਂ ਸਿੱਖਿਆ ਵੀ ਬਹੁਤ ਦੈਟਸ ਰਾਈਟ ਅਤੇ ਮੈਨੂੰ ਆਹ ਦੇਖ ਕੇ ਨਾ ਥੋੜ੍ਹਾ ਸਮਾਨ ਬਹੁਤ ਹੀ ਅੱਜ ਯਾਦ ਆਏ ਗੋਡ ਬਲੈਸ ਵੇਅਰ ਐਵਰ ਹੀ ਉਹਨਾਂ ਦੀ ਜਨਾਂ ਨੂੰ ਉਹ ਕਰੇ ਅਤੇ ਮਤਲਬ ਕਿ ਦੇਖੋ ਜਿਹੜੇ ਚੰਗੇ ਇਨਸਾਨ ਹੈ ਇਨਸਾਨ ਭੁੱਲਦਾ ਨਹੀਂ ਕੋਈ ਹਾਂ ਅੱਛਾ ਮੈਨੂੰ ਨਹੀਂ ਸੀ ਪਤਾ ਤੁਸੀਂ ਉਹਨਾਂ ਕੋਲੋਂ ਸਿੱਖੇ ਮੈਂ ਸਿੱਖਿਆ ਉਹਨਾਂ ਤੋਂ ਅਸੀਂ ਟੋਰ ਵੀ ਲਾਏ ਕਈ ਮੈਂ ਨੱਚਦਾ ਸੰਸਾਰ ਭੰਗੜਾ ਟੀਮ ਦੇ ਵਿੱਚ ਵੀ ਰਹਿ ਚੁੱਕਾ ਅੱਛਾ 10-12 ਸਾਲ ਸ਼ਾਇਦ ਲਾਏ ਹੋਗੇ ਅੱਛਾ ਅਤੇ ਅਸੀਂ ਇਕੱਠੇ ਸ਼ਿਕਾਗੋ ਵਰਲਡ ਕੱਪ ਭੰਗੜਾ ਕੰਪੀਟੀਸ਼ਨ ਜਿੱਤ ਕੇ ਲੈ ਕੇ ਆਏ ਸੀ ਆਲਰਾਈਟ ਅਸੀਂ ਬਹੁਤ ਫੈਂਟੈਸਟਿਕ ਇਨਸਾਨ ਡਾਇਮੰਡ ਸੀ ਬਿਲਕੁਲ ਬਿਲਕੁਲ ਡਾਇਮੰਡ ਪਰਸਨ ਸਾਜ਼ ਵੀ ਵਜਾ ਲੈਂਦੇ ਸੀ ਮਤਲਬ ਕੋਈ ਵੀ ਸਾਜ਼ ਸੀਗਾ ਇਹੋ ਜਿਹਾ ਕੋਈ ਸਾਜ਼ ਨਹੀਂ ਸੀ ਜਿਹੜਾ ਉਹ ਕਾਬੂ ਨਹੀਂ ਕਰਦੇ ਕਾਬੂ ਨਹੀਂ ਸੀ ਕਰਦੇ ਮੈਂ ਤਾਂ ਤੁਹਾਨੂੰ ਦੱਸਿਆ ਕਿ ਸਾਰਾ ਟੇਬਲ ਭਰਤਾ ਲਿਆ ਕੇ ਉਹਨਾਂ ਨੇ ਯੂ ਨੋ ਸੋ ਦੈਟਸ ਗੁੱਡ ਅੱਛਾ ਕੁਲਦੀਪ ਮਾਨਕ ਜੀ ਦਾ ਕੋਈ ਗਾਣਾ ਸੁਣਾ ਕੁਲਦੀਪ ਮਾਨਕ ਜੀ ਦਾ ਹਾਂ ਕੋਈ ਵੀ ਦੋ ਲਾਈਨਾਂ ਕੁਲਦੀਪ ਮਾਨਕ ਦੇ ਗਾਣੇ ਹਰੇਕ ਕੋਈ ਨਹੀਂ ਗਾ ਸਕਦਾ ਸੱਚੀ ਗੱਲ ਹੈ ਮੈਂ ਤਾਂ ਉਹਨਾਂ ਦੀ ਜੁੱਤੀ ਵਰਗਾ ਵੀ ਨਹੀਂ ਕੋਲ ਕੋਈ ਨਾ ਪਰ ਉਹਨਾਂ ਦਾ ਇੱਕ ਗਾਣਾ ਜਿਹੜਾ ਹਰੇਕ ਗਾਉਂਦਾ ਮੈਂ ਕੋਸ਼ਿਸ਼ ਕਰਦਾ ਹਾਂਜੀ ਉਹ ਤੇਰੇ ਟਿੱਲੇ ਤੋਂ ਸੂਰਤ ਦੀਦੀਆ ਹੀਰ ਦੀ ਔਲਾ ਦੇਖ ਗੋਰਖਾ ਉੜਦੀ ਐ ਫੁਲਕਾਰੀ ਪਰ ਉਹਨਾਂ ਦੇ ਇਹੋ ਜਿਹੇ ਵੀ ਗੀਤ ਸੀ ਨੀਲਾ ਲੀੜਿਆਂ ਚ ਬੈਠੀ ਤੂੰ ਤਾਂ ਮਗਦੀ ਸਗਨਾ ਦਾ ਚੂੜਾ ਪਾ ਲਿਆ ਨੀ ਲਾਲ ਲੀੜਿਆਂ ਚ ਲਾਲ ਲੀੜਿਆਂ ਚ ਕਿਆ ਬਾਤ ਹੈ ਲੀੜੇ ਲਫ਼ਜ਼ ਕਿੰਨੀ ਦੇਰ ਬਾਅਦ ਸੁਣਿਆ ਮੈਂ ਅੱਛਾ ਇਹ ਵੀ ਉਹਨਾਂ ਦੇ ਗੀਤ ਮਤਲਬ ਕਿ ਉਹ ਨਾ
ਉਹਨਾਂ ਦੇ ਗੀਤ ਜਿਹੜੇ ਸੀ ਨਾ ਹਰ ਮੌਕੇ ਜੇ ਤੇ ਨਾਲ ਨਹੀਂ ਟੁੱਕਦੇ ਸੀਗੇ ਕਿ ਮੈਨੂੰ ਲੱਗਦਾ ਟੁੱਕਦੇ ਸੀ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਗੁੱਡ ਜਿਹੜੀ ਮੇਰੀ ਕਿਸਮਤ ਸੀਗੀ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੇਰੇ ਪਹਿਲੇ ਗਾਣੇ 'ਚ ਮੈਨੂੰ ਉਹਨਾਂ ਨੇ ਆਸ਼ੀਰਵਾਦ ਵੀ ਦਿੱਤਾ ਅੱਛਾ ਅਤੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੈਨੂੰ ਕਿਹਾ ਵੀ ਪਹਿਲੀ ਗੱਲ ਤਾਂ ਉਹਨਾਂ ਦਾ ਸੁਭਾਅ ਬਹੁਤ ਗੱਬਾ ਸੀ ਬਹੁਤ ਟੈਲ ਮੀ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਉਸਤਾਦ ਜੀ ਵੀ ਮੈਂ ਗਾਣਾ ਰਿਕਾਰਡ ਕਰਾਇਆ ਅੱਛਾ ਆ ਦਾੜੀ ਤਾਂ ਮੇਰੇ ਅੱਗੇ ਰੱਖੀ ਆ ਗਾਉਣ ਵੀ ਲੱਗ ਪਿਆ ਉਹ ਕਹਿੰਦਾ ਵੀ ਕਾਕਾ ਮੈਂ ਤੈਨੂੰ ਇੱਕ ਚੀਜ਼ ਦੱਸਣਾ ਜਾਂ ਤਾਂ ਹੱਡ ਬੀਤੀਗਾ ਜਾਂ ਜੱਗ ਬੀਤੀਗਾ ਦੋਨੇ ਚੀਜ਼ਾਂ ਚੱਲਣ ਵਾਲੀਆਂ ਅੱਛਾ ਕਹਿੰਦਾ ਜਿਹੜੇ ਬਾਕੀ ਦੀ ਚੁੰਡੀ ਵੱਢਤੀ ਅਤੇ ਚੁੰਨੀ ਖਿੱਚਦੀ ਉਹ ਤਾਂ ਦੋ ਦਿਨਾਂ ਦਾ ਹੀ ਕੰਮ ਹੁੰਦਾ ਮੈਂ ਕਿਹਾ ਚਲੋ ਠੀਕ ਆ ਸੋ ਉਹਨਾਂ ਨੇ ਵੀ ਮੇਰਾ ਖਿਆਲ ਇਹੀ ਬਸ ਜਿੱਦਾਂ ਹੀਰ ਰਾਂਝਾ ਸੋਹਣੀ ਮੇਵਾਲ ਸੱਸੀ ਪੁੰਨੂ ਇਹੋ ਜਿਹੀ ਚੀਜ਼ਾਂ ਗਾਈਆਂ ਸੱਭਿਆਚਾਰਕ ਚੀਜ਼ਾਂ ਸਾਰੀਆਂ ਗਾਈਆਂ ਉਹਨਾਂ ਨੇ ਮੈਨੂੰ ਯਾਦ ਹੈ ਮੈਨੂੰ ਵੀ ਮਿਲੇ ਤਾਂ ਕਹਿੰਦੇ ਜੀ ਤੂੰ ਸਾਰੀ ਦੁਨੀਆਂ ਦੀ ਇੰਟਰਵਿਊ ਕਰਦੀ ਮੇਰੀ ਨਹੀਂ ਕਰਦੀ ਮੈਂ ਕਿਹਾ ਮੈਨੂੰ ਤੁਸੀਂ 100 ਫੀਸਦੀ ਦਿਖੇ ਨਹੀਂ ਹਾਲੇ ਮੈਂ ਵੀ ਹੱਸਦੀ ਕਹਿੰਦੇ ਤੇਰਾ ਸੁਭਾਅ ਵੀ ਮੇਰੇ ਵਰਗਾ ਹੀ ਲੱਗਦਾ ਮਜ਼ਾਕ ਕਰਨ ਦਾ ਯੂਨੋ ਫਿਰ ਉਹਨਾਂ ਦੇ ਬੇਟਾ ਮੇਰੇ ਕੋਲ ਆਏ ਦੋ ਵਾਰੀ ਯੁੱਧਵੀਰ ਮਾਨਕ ਦੋ ਵਾਰੀ ਆਏ ਰੇਡੀਓ 'ਤੇ ਵੀ ਆਏ ਸੱਚੀ ਚਲੋ ਵਾਹਿਗੁਰੂ ਕਰੇ ਉਹ ਵੀ ਠੀਕ ਹੋ ਜਾਣ ਹੁਣ ਕਾਫੀ ਇੰਪਰੂਵਮੈਂਟ ਹੈ ਟੈਸਟ ਰਾਈਟ ਹੀ ਇਜ਼ ਵੈਰੀ ਵੈਰੀ ਗੁੱਡ ਸੋ ਅੱਛਾ ਲੱਗਦਾ ਕਿ ਕਲਾਕਾਰਾਂ ਦੇ ਬੱਚੇ ਵੀ ਕਲਾਕਾਰ ਬਣਨ ਤਾਂ ਅੱਛਾ ਗਾਣ ਅਤੇ ਉਹਨੇ ਵੀ ਆਵਾਜ਼ ਬੜੀ ਚੱਕੀ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਸਿਹਤ ਦਾ ਕਦੋਂ ਕੀ ਖਰਾਬ ਹੋ ਜਾਵੇ ਹਾਂ ਅੱਛਾ ਐਂ ਕਰੋ ਇੱਕ ਅੱਧਾ ਪਹਿਲਾਂ ਵਜਾ ਲੈਂਦੇ ਫਿਰ ਆਪਾਂ ਬ੍ਰੇਕ ਵੱਲ ਵੀ ਜਾਣਾ ਨਹੀਂ ਨਹੀਂ ਮਤਲਬ ਇੱਕ ਵਜਾਓ ਪਹਿਲਾਂ ਫਿਰ ਆਪਾਂ ਨਾ ਬ੍ਰੇਕ ਤੋਂ ਬਾਅਦ ਦੋ ਵਜਾਵਾਂਗੇ ਤੂੰ ਵੀ ਵਜਾ ਲਓ ਹਾਂ ਆਈ ਲਵ ਤੂੰ ਵੀ ਵਟੈਵਰ ਕਿਆ ਕਿਆ ਬਰਾਸ ਦੀ ਲੱਗਦੀ ਹੈ ਕਿਆ ਬਾਤ ਮੈਂ ਇਹ ਦੇਖ ਰਹੀ ਸੀ ਆ ਨਵਾਂ ਸਟਾਈਲ ਬਣ ਗਿਆ ਪਹਿਲਾਂ ਤਾਂ ਇੱਥੇ ਕੁਛ ਹੁੰਦਾ ਸੀ ਜਿਹਨੂੰ ਦਬਾਉਂਦੇ ਸੀ ਉਹ ਇਹ ਚੀਟਿੰਗ ਹੈ ਵੈਸੇ ਚੀਟਿੰਗ ਹੈ ਨਾ ਆਈ ਕੁਡ ਸੀ ਦੈਟ ਕਿ ਪਹਿਲਾਂ ਤਾਂ ਇੱਥੋਂ ਪ੍ਰੈਸ ਕਰਦੇ ਸੀਗੇ ਹੈ ਨਾ ਜਿਹੜੀ ਜਿੱਥੇ ਮੈਂ ਉਦਾਂ ਸਿੱਖਿਆ ਉਹ ਤਾਂ ਸਿਰਫ ਸਿੱਧੀ ਡੰਡਿਆ ਦੀ ਸੀਗੀ ਅੱਛਾ ਹੁਣ ਆ ਨਵੇਂ ਨਿਕਲ ਕੇ ਆ ਫੇ ਉਹ ਨੀ ਤੇ ਦਾ ਪਾ ਪਾਂ ਤੇ ਲੈਟ ਮੀ ਸੀ ਮੈਂ ਤੋੜ ਦੀ ਨਹੀਂ ਫਿਕਰ ਨਾ ਕਰੀ ਹੈ ਅੱਛਾ No, it's so good. Well, it looks good. If you feel comfortable like this, why not? Why not? Dekho, apa koi bhi saaz, awaaz, kuch apa nu comfortable jis tarah cheez lage na, we should do that. Instead of ki apa bhi nahi phlane di ainji si main nakal. Eh, main dekhi si ki YouTube te. Achha. Apna time sahi. Haan, haan, we are okay. Apne ek hote. Time main dekho duty. Theek hai. Don't worry about it. ਉੱਥੇ ਅੰਕਲ ਜੀ ਸੀਗੇ ਇੱਕ ਰਾਮਤਾ ਤੁੰਬੀ ਵੀ ਉਹਨਾਂ ਕੋਲ ਸੀਗੇ ਕਿੱਥੇ ਜਿਹੜੇ ਲੰਡਨ ਹੈ ਰਵਿੰਦਰ ਰਾਮਤਾ ਨਹੀਂ ਇੰਡੀਆ ਦੇ ਸੀ ਅੱਛਾ ਇੰਡੀਆ ਤੇ ਉਹਨਾਂ ਨੇ ਬੀਟੂ ਭਾਜੀ ਨੇ ਵੀ ਬਣਾਈ ਆ ਉਹਨਾਂ ਨੇ ਇੱਥੇ ਨਾ ਕੋਈ ਤਾਰਾ ਜੀ ਬੀਟੂ ਦਾ ਵੀ ਤੁਹਾਡਾ ਸਟਾਈਲ ਹੈ ਹਾਂ ਉਹਨੇ ਇੱਥੇ ਤਾਰਾ ਜੀ ਇਹ ਤਾਂ ਕੋਈ ਲਾਈ ਆ ਅੱਛਾ ਉਹ ਮੈਨੂੰ ਮਿਲੀ ਸੀ ਤਾਰਾ ਵਾਲੀ ਪਰ ਉਹ ਮੇਰੇ ਹੱਥ ਨਹੀਂ ਪਈ ਮੈਂ ਕਿਹਾ ਮੈਨੂੰ ਨਹੀਂ ਵਜਾਉਣੀ ਆਉਂਦੀ ਉਹ ਫਿਰ ਰਣਵੀਰ ਮੁੰਡਾ ਰਣਵੀਰ ਅੱਛਾ ਅੱਛਾ ਬਰਮਿੰਗਮ ਦਾ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਇੱਕ ਬਣਾ ਕੇ ਦੇਣੀ ਹੈ ਤੁਸੀਂ ਦੇਖ ਲਿਓ ਜੇ ਤੁਹਾਡੇ ਹੱਥ ਪੈਂਦੀ ਤਾਂ ਲਾ ਦਿਓ ਤੇ ਮੈਂ ਫਿਰ ਦੈਟਸ ਵੈਰੀ ਗੁੱਡ ਵੈਰੀ ਨਹੀਂ ਇਸ 'ਤੇ ਮਤਲਬ ਕਿਸੇ ਗਾਣੇ ਦੀ ਵੀ ਟਿਊਨ ਕੱਢ ਸਕਦੇ ਹੋ ਕਿਹੜੇ ਗਾਣੇ ਦੀ ਦੱਸ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਐਂ ਉਹਨਾਂ ਨੇ ਬਜਾਈ ਹੈ ਅੱਛਾ ਚਲ ਚਲ ਤੁਸੀਂ ਵਟੈਵਰ ਯੂ ਵਾਂਟ ਚਿੱਠੀਆਂ ਹਾਂ ਕਿਆ ਬਾਤ ਹੈ ਚਿੱਠੀਆਂ ਸਾਹਿਬਾਨ ਹਾਂ ਅੱਛਾ ਫਿਰ ਜਦੋਂ ਇਹ ਸਟੂਡੀਓ 'ਚ ਤੁਸੀਂ ਰਿਕਾਰਡਿੰਗ ਕਰਦੇ ਹੋ ਦੈਨ ਯੂ ਪਲੇ ਵਿਦ ਇਟ ਹਾਂਜੀ ਸਟੂਡੀਓ ਦੇ ਵਿੱਚ ਇਹੀ ਵਰਤਦੀ ਹੈ ਅਸੀਂ ਅੱਛਾ ਮੈਂ ਇਹ ਵਰਤਣਾ ਪਰ ਜਿੱਦਾਂ ਇੰਡੀਆ ਦੇ ਵਿੱਚ ਜੈਲੀ ਭਾਜੀ ਹੋਣੀ ਉਹ ਸਿੱਧੀ ਫਲ ਵੀ ਤੁੰ ਵੀ ਵਰਤਦੇ ਹੋ ਬਹੁਤ ਸਾਰੇ ਜਿਹੜੇ ਪਰ ਮੈਂ ਦੱਸਾਂ ਬੰਗੜ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਬੋਨ ਇੱਥੇ ਦੇ ਹੋ ਫਿਰ ਵੀ ਤੁਸੀਂ ਇੰਨਾ ਕੁਛ ਕਰ ਸਕਦੇ ਹੋ ਨਾ ਸੱਦ ਕੇ ਜਾਂਦੇ ਆ ਨਹੀਂ ਤਾਂ ਇੱਥੇ ਦੇ ਬੱਚੇ ਇੰਨਾ ਕਈ ਵਾਰੀ ਇੰਟਰਸਟ ਨਹੀਂ ਲੈਂਦੇ ਕਿ ਅਸੀਂ ਤੁੰਬੀਆਂ ਅਤੇ ਇਹ ਉਹ ਕਰਨੇ ਮਤਲਬ ਜਿੰਨੇ ਵੀ ਸਾਡੇ ਸਿੰਗਰ ਹੈ ਕਾਫੀ ਇੰਟਰਸਟ ਲੈਂਦੇ ਇਹਨਾਂ ਚੀਜ਼ਾਂ ਦੇ ਵਿੱਚ
अच्छा है ना कि बच्चे शरारतों की बजाय इन चीज़ों नू सीखते हैं। फिर थोड़े पेरेंट्स ने फिर खूब साथ दिता थोड़ा, पसंद आया उन्होंने? बिल्कुल, उन्होंने वो देख रहे प्रोग्राम? हाँ जी बिल्कुल देख रहे हैं। हाँ दैट्स नाइस। तो उन्होंने इदा नहीं कदम मैंने कहा बी तू ना कर करके, कई बार यहोजे भी हो जाता बी ये केड़ा काम है तू फड़िया। कई सिंगर्स आए पता कि सब स्ट्रगल्स के अपने दिन होंगे। अच्छा इन्होंने नहीं किया? नहीं जी मेरे मम्मी डैडी ने कदम नहीं किया। हाँ डैड ने एक गल कही भी लांबा ना करे घरे आवे कदम। अच्छा तू जो मर्जी काम करना कर ला पर यहोजी चीज ना करी जो ठीक है। उन्होंने हमेशा ही जिथे कितने भी जाना होने कहना भी टाइम सर चल पग बन तू कपड़े तेरे कि पग की गल की सीखी कितों तुम अज मम ने दिखाई मेरे सर ते। अच्छा ਸਾਡੇ ਰੂਪ ਰਾਏ ਜੀ ਸੀ ਮੈਨੂੰ ਲੱਗਿਆ ਕਿਤੇ ਉਹਨਾਂ ਨੇ ਰੂਪ ਸਮਰਾਏ ਜੀ ਨੇ ਸਿਖਾਈ ਹੈ ਤੁਹਾਨੂੰ? ਉਹਨਾਂ ਨੇ ਵੀ ਉਹਨਾਂ ਦੇ ਨਾਲ ਹੀ ਮਰਿਆ। ਅੱਛਾ ਅੱਛਾ ਤੁਹਾਨੂੰ ਪਤਾ ਭੰਗੜੇ ਦੇ ਵਿੱਚ ਜਿਹੜੇ ਵੀ ਲੋਕੀ ਚੱਲ ਜਾਂਦੇ ਉਹਨਾਂ ਨੂੰ ਇਹ ਸ਼ੌਂਕ ਜਿਹਾ ਹੋ ਜਾਂਦਾ। ਅੱਛਾ ਅੱਛਾ ਅੱਜ ਮੰਮੀ ਨੇ ਫਿਰ ਬੰਨੀ ਫਿਰ ਆਪ ਬੰਨਦੇ ਪਾਕ ਤੁਸੀਂ ਆਪ ਤਾਂ ਮੈਂ ਆਪ ਬੰਨੀ ਪਰ ਕੀ ਬਾਤ ਹੈ ਸਾਜਰੀ ਹੈ ਆਈ ਲਾਈਕ ਜਿਹੜੀ ਤੁਰਲੇ ਵਾਲੀ ਪੱਗ ਬੰਨਦੇ ਹੋ ਤੁਸੀਂ? ਹਾਂਜੀ ਉਹ ਬੰਨਣ ਨੇ ਆਪੇ? ਹਾਂਜੀ ਉਹ। ਅੱਛਾ ਦੈਟਸ ਵੈਰੀ ਗੁੱਡ। ਸਾਜੀ ਕਲੀਪ ਮਾਨਕ ਦੇ ਨਾਲ ਮੈਂ ਜਦੋਂ ਗਿਆ ਸੀ ਉੱਥੇ ਮੈਂ ਪੱਗ ਬੰਨੀ ਸੀ ਮੈਂ ਬੰਨੀ ਸੀ ਐਨ ਜਿਹੜੀ ਪੋਚ ਵੀ। ਅੱਛਾ ਪੱਗ ਪੋਚ ਵੀ ਤੇ ਅੰਕ ਉਸਤਾਦ ਜੀ ਆਏ ਅੰਦਰ ਤੇ ਉਹ ਇਦਾਂ ਆ ਪਾਕੇ ਨੇ ਬੰਨੀ ਹੈ ਉਸਤਾਦ ਜੀ ਮੈਂ ਹੀ ਬੰਨੀ ਤੂੰ ਤਾਂ ਐਂ ਲੱਗਦਾ ਜਿੱਦਾਂ ਪਿਉਂ ਚੱਲਾ ਹੁੰਦਾ ਕਹਿੰਦਾ ਪੱਗ ਲਾ ਮੈਂ ਬੰਨਦਾ ਪੱਗ ਲਾਈ ਤੇ ਉਹਨਾਂ ਨੇ ਫਿਰ ਪੂਣੀ ਕਰਕੇ ਉਹਨਾਂ ਨੇ ਆਪ ਆਪਣੇ ਹੱਥੀ ਮੇਰੇ ਉਹ ਜਿਹੜੇ ਵੀਡੀਓ ਦੇ ਵਿੱਚ ਪੱਗ ਹੈ ਉਹਨਾਂ ਨੇ ਬੰਨੀ ਸੀ। ਅੱਛਾ ਦੈਟਸ ਨਾਈਸ ਦੈਟਸ ਨਾਈਸ। ਪਤਾ ਕਿ ਇਹ ਪੱਗ ਬਣਾਉਣੀ ਵੀ ਕਿਸੇ ਕੋਲ ਆਸ਼ੀਰਵਾਦ ਹੀ ਹੈ। ਹਾਂਜੀ ਗਾਣਾ ਤਾਂ ਸਿੱਖਣਾ ਆਸ਼ੀਰਵਾਦ ਹੈ। ਮੈਨੂੰ ਇੱਦਾਂ ਲੱਗਦਾ ਸੀ ਉਸਤਾਦ ਜੀ ਕਰ ਕੀ ਰਹੇ ਮੈਨੂੰ ਥੋੜ੍ਹੇ ਜਿਹੇ ਮੈਂ ਘਬਰਾ ਗਿਆ ਵੀ ਇੱਧਰੋਂ ਟਾਈਮ ਹੋਈ ਜਾ ਰਿਹਾ ਇੱਧਰੋਂ ਸਾਰਾ ਕੁਛ ਪਰ ਹੁਣ ਮੈਨੂੰ ਪਤਾ ਲੱਗਦਾ ਸ਼ਾਇਦ ਉਹਨਾਂ ਨੇ ਇਸੇ ਕਰ ਦਿਮਾਗ 'ਚ ਇਹੀ ਕੋਈ ਗੱਲ ਸੀ। ਦੋਸਤੋ ਇਹਨਾਂ ਦੇ ਬੰਗੜ ਜੀ ਦੇ ਜਿਹੜੇ ਗੀਤ ਨਾ ਡਿਊਟ ਹੈ ਬਹੁਤ ਹੀ ਦੋ ਗਾਣਾ ਜਿਹੜੇ ਗਾਉਂਦੇ ਨਾ ਇਹ ਬੜਾ ਹੀ ਖੂਬਸੂਰਤ ਗਾਉਂਦੇ ਕਿ ਜਿਹੜੇ ਮੈਂ ਰੇਡੀਓ 'ਤੇ ਦੋਨੋਂ ਗਾਣੇ ਜ਼ਰੂਰ ਲਗਾਉਂਦੀ ਹਾਂ ਇਹਨਾਂ ਦੇ ਅਤੇ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇਹਨਾਂ ਨੂੰ ਕਹਾਂਗੀ ਇੱਕ ਪਹਿਲਾਂ ਥੋੜ੍ਹੀਆਂ ਲਾਈਨਾਂ ਸੁਣਾ ਦੇਣ ਫਿਰ ਬਾਅਦ 'ਚ ਬ੍ਰੇਕ ਦੇ ਇੱਕ ਵਾਰੀ ਸੁਣਾਂਗੇ। ਹਾਂਜੀ ਕਿਹੜਾ ਸੁਣਾਓਗੇ? ਤੁਹਾਨੂੰ ਨਾਲ ਹੋਣਾ ਪੈਣਾ ਨਾਲ ਨਹੀਂ ਭੁਪਿੰਦਰਾ ਸੁਣਾਓ ਭੁਪਿੰਦਰ ਮੈਨੂੰ ਕਿਤੇ ਗਾਣੇ ਫਿਰ ਉਹ ਤਾਂ ਚੰਡੀਗੜ੍ਹ ਆਸ਼ਕੀ ਹੈ ਨਾ। ਹਾਂਜੀ ਓਕੇ ਮੈਂ ਦੱਸਾਂ ਮੈਂ ਕਹਾਣੀ ਲੜ ਲਾਤੀ ਮਾਰੇ ਜਾਣੀ ਦੱਸਾਂ ਮੈਂ ਕਹਾਣੀ ਲੜ ਲਾਤੀ ਮਾਰੇ ਜਾਣੀ ਇਹਦੇ ਨਾਲੋਂ ਮੈਂ ਤਾਂ ਚੰਗਾ ਛੜਾ ਸੀ ਨੀ ਰੱਬ ਦਿੱਤੀਆਂ ਦੋ ਅੱਖਾਂ ਮੈਨੂੰ ਦੇਖੜੇ ਚ ਮਾੜਾ ਦੱਸ ਕੀ ਨੀ ਰੱਬ ਦਿੱਤੀਆਂ ਦੋ ਅੱਖਾਂ ਮੈਨੂੰ ਬਹੁਤ ਸੋਹਣਾ। ਪਤਾ ਕੀ ਜੱਸੀ ਜੀ ਨੇ ਵੀ ਨਾ ਜਸਵਿੰਦਰ ਜੱਸੀ ਨੇ ਵੀ ਵਾਹ ਕਮਾਲ ਨਾਲ ਕੀਤੀ ਹੈ ਅਤੇ ਦੋਨਾਂ ਦਾ ਥੋੜ੍ਹਾ ਸਜਦਾ ਬਹੁਤ ਹੈ ਕਿਉਂਕਿ ਤੁਸੀਂ ਵੀ ਆਵਾਜ਼ ਓਨੀ ਚੱਕੀ ਅਤੇ ਜੱਸੀ ਜੀ ਦੀ ਆਵਾਜ਼ ਤਾਂ ਫਿਰ ਬੁਲੰਦ ਬੜੀ ਹੈ ਨਾ। ਮਤਲਬ ਦੋਨਾਂ ਦਾ ਦੋ ਗਾਣਾ ਮੈਂ ਤਾਂ ਕਹਿੰਦੀ ਹਾਂ ਰੱਬ ਦੀਆਂ ਦੁਆਵਾਂ ਰਹਿਣ ਤੁਸੀਂ ਹੋਰ ਵੀ ਕਰੋ ਇਕੱਠੇ ਗਾਣੇ। ਹੋਰ ਵੀ ਕਿਸੇ ਸਿੰਗਰ ਨਾਲ ਗਾਏ ਡਿਊਟ ਗਾਇਆ ਦੋ ਗਾਣਾ ਕਿਹਦੇ ਬੋਲੀਆਂ ਵੀ ਗਾਈਆਂ ਤੁਸੀਂ ਕਿਸੇ ਨਾਲ ਹੈ ਨਾ ਇੰਡੀਆ ਜਾ ਕੇ ਬੋਲੀਆਂ ਵੀ ਗਾਈਆਂ ਸੀਗੀਆਂ ਬਹੁਤਿਆਂ ਨਾਲ ਗਾਇਆ ਕਾਫੀ ਨਾਲ ਗਾਇਆ ਤੁਹਾਡੇ ਨਾਲ ਨਹੀਂ ਬਸ ਹਲੇ ਤੱਕ ਗਾਇਆ ਮੈਂ ਨਹੀਂ ਗਾਉਂਦੀ ਮੈਂ ਨਹੀਂ ਗਾਉਂਦੀ ਮੈਂ ਤਾਂ ਸਿਰਫ ਡਾਇਲੋਗ ਬੋਲ ਦਿੰਦੀ ਹੁੰਦੀ ਹਾਂ। ਤੁਸੀਂ ਹੁਣ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਕਵਰ ਕਰ ਰਹੇ ਹੋ ਬਸ ਗਾ ਵੀ ਲੈਂਦੇ ਮੈਨੂੰ ਪਤਾ। ਅੱਛਾ ਬਿਲਕੁਲ ਦੋਸਤੋ ਸਿੰਗਰ ਕਹਿੰਦੇ ਉਹੀ ਹੈ ਜਿਹੜੇ ਹਰ ਤਰ੍ਹਾਂ ਦਾ ਮਿਊਜ਼ਿਕ ਹਰ ਤਰ੍ਹਾਂ ਦੇ ਰਾਗਾਂ ਦੇ ਵਿੱਚ ਔਰ ਤਾਨਾ ਸਰਗਮਾ ਗਾਵੇ ਲੇਕਿਨ ਕਈ ਸਿੰਗਰ ਸਿੱਖਣਾ ਨਹੀਂ ਚਾਹੁੰਦੇ ਇਹ ਚੀਜ਼ਾਂ ਨੂੰ ਲੇਕਿਨ ਕਈ ਸਿੰਗਰ ਜਦੋਂ ਇਹ ਮੈਦਾਨ ਜਾਂਦੇ ਆ ਨਾ ਸਿੱਖ ਕੇ ਆਉਂਦੇ ਸਿੱਖੇ ਤੁਸੀਂ? ਬਿਲਕੁਲ ਜੀ ਮੈਂ ਆਪਣੇ ਉਸਤਾਦ ਜੀ ਦਾ ਨਾਂ ਨਹੀਂ ਲੈਣਾ ਕਿਉਂਕਿ ਉਹਨਾਂ ਨੇ ਮਨਾ ਕੀਤਾ। ਅੱਛਾ ਹਾਂਜੀ ਉਹਨਾਂ ਨੇ ਮੈਨੂੰ ਖੁਦ ਕਿਹਾ ਕਹਿੰਦੇ ਜਦੋਂ ਤੂੰ ਇਸ ਕਾਬਲ ਹੋਊਗਾ ਮੇਰਾ ਨਾਂ ਲੈਣ ਜੋਗਾ ਤੇ ਉਦੋਂ ਮੈਂ ਤੈਨੂੰ ਕਹੂੰਗਾ ਤੂੰ ਲੈ ਲਾ ਪਰ ਹਾਲੇ ਵੀ ਮੈਂ ਉਹਨਾਂ ਤੋਂ ਸਿੱਖਿਆ ਲੈ ਅੱਜ ਵੈਨਸਡੇ ਵਾਲੇ ਦਿਨ ਸਾਡਾ ਲੈਸਨ ਹੁੰਦਾ। ਆਲਰਾਈਟ ਅੱਜ ਮੈਂ ਉਹਨਾਂ ਨੂੰ ਵੈਸੇ ਵੀ ਉਹ ਮੇਰੇ ਨਾਲ ਗੁੱਸੇ ਹੁੰਦੇ ਅੱਜ ਮੈਂ ਉਹਨਾਂ ਨੂੰ ਬੇਗੁੱਸੇ ਕਰਤਾ ਮੈਂ ਕਿਹਾ ਵੀ ਉਸਤਾਦ ਜੀ ਮੈਂ ਇੰਟਰਵਿਊ ਤੇ ਜਾਣਾ ਆਹੋ ਮੈਨੂੰ ਪੰਦਾ ਤੂੰ ਇੰਟਰਵਿਊ ਤੇ ਜਾਣਾ ਜਾ ਅੱਛਾ ਚਲੋ ਸਿੱਖਦੇ ਹਾਂ। ਬਿਲਕੁਲ ਜੀ ਰਾਗਾ ਸਿੱਖੀਦਾ ਜਿੱਦਾਂ ਸੁਰ ਰਾਗ ਤਾਲ ਇਹੋ ਜਿਹੀ ਚੀਜ਼ ਸਾਰੀ ਸਿੱਖੀ ਦੀ ਹੈ। ਕਈ ਵਾਰੀ ਲੋਕ ਸੋਚਦੇ ਭੰਗੜੇ ਦੇ ਵਿੱਚ ਇਹੋ ਜਿਹੀ ਚੀਜ਼ਾਂ ਦੀ ਕੋਈ ਲੋੜ ਨਹੀਂ ਹੁੰਦੀ ਬਟ ਸੁਰ ਤਾਂ ਸੁਰ ਨਾਲੇ ਫਿਰ ਜਦੋਂ ਤਾਲਾਂ ਤੁਸੀਂ ਢੋਲ ਵਜਾਉਂਦੇ ਹੋ ਤਬਲਾ ਵਜਾਉਂਦੇ ਹੋ ਤਾਲਾਂ ਤਾਂ ਤੁਹਾਨੂੰ ਉਹੀ ਪਤਾ ਹੋਣੀਆਂ। ਨਹੀਂ ਜੀ ਦੇਖੋ ਢੋਲ ਦੀ ਚਾਲ ਹੋਰ ਆ ਤੇ ਤਬਲੇ ਦੀ ਨਹੀਂ ਮੈਂ ਕਿਹਾ ਢੋਲ ਲਹਿਦਾ ਵਜਾਉਂਦੇ ਹਾਂ ਤਬਲੇ ਦੀਆਂ ਜਿਹੜੀਆਂ ਤਾਲਾਂ ਹੁੰਦੀਆਂ ਜਪ ਤਾਲ ਦਾਦਰਾ
एक ताल रूपक और एक दुगन तिगन। मैं तुम दसा ना मैं ताला ही पता मैं बजाना नहीं आता तबला। मैं पिछले हफ्ते भी दस रही थी क्योंकि जो असं भी वोकल म्यूजिक किया ना उन्हें सिखाते हैं सानू हो ना हाँ थेरी सिखाते प्रैक्टिकल चाहे सानू आवे ना वो गाने का सी क्योंकि वो जो इंस्ट्रूमेंट सीखते हैं ना उन्होंने को फिर वो करवाते हैं जो सा वोकल का होंगे वो डिफरेंट सी। सू भी इदा ही जो हम तीन ताल के जी बंदिश होंगी तीन ताल जो थोड़ा जा होर सीख के ना इंसान के दिल च होना चाहिए कि जो साडे कोल हैगा ना असीं वंडीए जे तुसी अपने कोल रखोगे ना चलो तुसी तो बहुत चंगे बनोगे पर थोड़ी जी चीज़ वंडनी भी चाहिए। मैं इतना नहीं जो हम स्टूडियो भी जाइए कई बार मैं कहते भाई हाँ इदा कि हों कोई भी बच्चा कोई भी मैं आके भैन भरा आके मिलता कहते हाँ दिखा दू मैं दिखा जरूर दिना हाँ पर सिखाने चीज़ वो बखरी है नहीं हूँ जिस तरह साढ़े कई प्रजेंटर्स शुरू होंगे यू नो मेरे कहे मैं टिप्स दे दिनी हाँ जी लाइक दिस अच्छा कई प्रजेंटर नहीं दसते पर मैं कहनी हां सेम विद म्यूजिक सेम विद म्यूजिक कहंदे पता नहीं ऐसी लुको के रखी है जी हां क्यों लुकोना नहीं चाहिए था ये कोई कंपटीशन नहीं है सब ने अपने अपने तरीके नाल चलना है ना जो रब ने जिदे च दीती है ना चीज वो ओदे च है असी कुछ नहीं आ असी तो हले भी सीखदे हां आई एम स्टिल लर्निंग जब कोई मेरे को सिंगर आंदा है ना आई ऑलवेज लर्न समथिंग फ्रॉम देम यू नो हुन मैनू नहीं आंदे चीजां जिहड़ी तुहानू आंदियां यू नो सो आई सैल्यूट टू यू जिहड़ी चीज तुहानू आंदी ओ मैनू नहीं ब्रेक वाल चलिए चलो आ गया लो दोस्तों छोटी जी ब्रेक वाल जा रहे हैं ब्रेक तो बाद थोड़ा स्वागत करांगे जी आया नु कहांगे जी सद के कहांगे बस यही कलाकार नाल असी गल्लां बातें करांगे इन्हां दी कहानी इन्हां दी जुबानी ही सुनांगे और इन्हां नाल होर गीत संगीत दा नाल बोलियां बालियां भी बहुत आंदियां इन्हां नू बड़ा कुछ आंदा है इह ना हले अपना ढोल ढोलकी जी लैके नहीं आए अगली बार मैं कहांगी ढोलकी लैके आण अपनी सो बड़ियां रौनकां लगांदे ने सो दूर ना जाना तुसीं नेड़े नेड़े रहना जस्ट ऑन कांशी टीवी चैनल 772 ते असीं इंतजार करांगे जिस तरह मैं हमेशा कहनी हुंनी आ कि कांशी टीवी नू पूरी अपनी सपोर्ट करो ताकि इस तरह के सिंगर्स ऐसे कलाकार ऐसे प्रोग्राम थोड़े अगे आते रहन और इन प्रोग्रामा का तुम मज़ा लेंदे रहो हर तरह का प्रोग्राम शामिल करता है साडा कांशी टीवी कोई प्रोग्राम ऐसा नहीं जिस टॉपिक ते ना कर रहे हैं सो उन्हों का भी पूरा साथ दिया करो स्टे ट्यून विल बी बैक रियली रियली सून जे चलियो पटियाले वे उथों ल्यावी वे उथों ल्यावी रेशमी नाल के अद्धे चिट्टे ओए अद्धे चिट्टे के अद्धे काले ओ जिंद माई बह जाना ओ जिंद माई बह जाना मेरे दूर तेरे मिठड़े वे लगदे बोल। जी हाँ दोस्तों इस तरह के गीत संगीत यह गाते हैं मैं तो ही इन्होंने कहा कि अब सूँ पता लग जाए कि अब पंजाबी सिंगर मेरे को आया हुआ नहीं तो यूजली साढ़े हिंदी गाने होंगे है लेकिन अज पंजाबी सिंगर आया क्यों ना मैं क्या ओह जहाँ माहौल इन्हों का बनाइए और ब्रेक तो बाद थोड़ा एक बार फिर स्वागत करांगे जी आए नु कहांगे जी सद के कहांगे जी वारी कहांगे कबूल करो स्वीकार करो जगदीप वालों गुड इवनिंग नमस्ते सलाम अलैकुम ते बड़ी प्यार भरी सत श्री अकाल जय गुरुदेव होर सुनियो की हाल चाल इस प्रोग्राम स्वागत करते हुए तुहानू पता कि अपने सितारे प्रोग्राम च असी कॉल्स तो नहीं लेंदे लेकिन साढ़े कोल जो कलाकार आंदे ने असी उन्हां दी कहानी उन्हां दी ही जबानी सुनदे आ कि उन्होंने की कीता कितने तक पहुँचे है कितने पहुँचना चाहते हैं सारिया गल्ला उन्होंने करांगे उन्होंने गीत संगीत भी थोनू सुनावांगे फिर एक बार स्वागत करांगे असी साढ़े वन एंड ओनली बंगर जी का वेलकम टू द शो। थैंक यू सो मच। हाँ जी मतलब कि यह चीज़ा मैं सारिया फिर देख रही हूँ मेरी नज़र पै रही है इन्होंने उपर भी तो लेकिन थोड़ा एक बार स्वागत करते हुए कांशी टीवी पर तो इंज करो थोड़ी जी कभी बोली सुनाओ पहला फिर आप खीर च भी बोलियां सुना बोली हाँ कोई बोलियां थोड़ा जो बोलियां आई एक बार बंद बोतले तू पीला कुठ पर के हां मित्रा मेरा दिल करदा हो थोड़ा जिहा डरदा हो पिंड बहर पवा दे सारा आलू पावे जिंद कट लई मैनू लफ्ज़ नहीं आंदे अच्छा ये भी
ਚੁਕੀਲਾ ਦਾ ਗਾਣਾ ਬਹੁਤ ਚੱਲਦਾ ਹੈ ਨਾ, ਤੇ ਤੁਹਾਨੂੰ ਅੱਛੇ ਲੱਗਦੇ ਉਹਨਾਂ ਦੇ ਗੀਤ? ਹੁਣ ਤਾਂ ਫਿਲਮ ਆ ਰਹੀ ਹੈ ਉਹਨਾਂ ਦੀ, ਹਾਂਜੀ ਫਿਲਮ ਵੀ ਆ ਰਹੀ ਹੈ ਨਾ, ਆ ਗਈ ਕਿ ਲੱਗ ਚੁੱਕੀ? ਨਹੀਂ ਹਲੇ ਆ ਰਹੀ ਹੈ, ਹਲੇ ਦਲਜੀਤ ਦੋਸਾਂਝ ਜੀ ਬਣਾ ਰਹੇ ਹੈ, ਲੱਗੇਗੀ। ਤੇ ਮਤਲਬ ਤੁਹਾਡੇ ਮੈਂ ਦੇਖਿਆ ਕਿ ਤੁਸੀਂ ਜਿਹੜੇ ਦੂਸਰੇ ਗੀਤਾਂ ਨੂੰ ਹਟ ਕੇ ਜਿਹੜੇ ਇਹਨਾਂ ਗੀਤਾਂ ਨੂੰ ਪਸੰਦ ਕੀਤਾ, ਇਹ ਤੁਹਾਨੂੰ ਮਤਲਬ ਤੁਸੀਂ ਸ਼ੁਰੂ ਤੋਂ ਜਿਹੜੇ ਸੁਣੇ ਇਸ ਤਰ੍ਹਾਂ ਦੇ ਗੀਤ, ਕਿ ਕਿਉਂ ਇਸ ਨੂੰ ਪਸੰਦ ਕੀਤਾ ਤੁਸੀਂ ਜ਼ਿਆਦਾ ਇਹਨਾਂ ਗੀਤਾਂ ਨੂੰ? ਜਿਹੜੇ ਆਪਣੇ ਹੈਗੇ ਇਹ, ਮੈਂ ਪੁਰਾਣੇ ਗੀਤ ਨਹੀਂ ਕਹੂੰਗਾ, ਮੈਂ ਕਹੂੰਗਾ ਐਵਰਗ੍ਰੀਨ ਗੀਤ। ਐਵਰਗ੍ਰੀਨ ਇਹ ਜਿਹੜੇ ਗੀਤ ਆ, ਇਹ ਇੱਕ ਗੀਤ ਦੇ ਵਿੱਚੋਂ ਆਪਾਂ ਨੂੰ ਚਾਰ ਚਾਰ ਮਤਲਬ ਮਿਲਦੇ। ਤੁਸੀਂ ਇੱਕ ਗੀਤ ਨੂੰ ਸੁਣੋ, ਪਹਿਲੀ ਵਾਰੀ ਸੁਣੋ ਇੱਕ ਮਤਲਬ ਬਣਦਾ, ਦੂਜੀ ਵਾਰੀ ਸੁਣੋ ਦੂਜਾ, ਤੀਜੀ ਵਾਰੀ ਮਤਲਬ ਚਾਰ ਚਾਰ ਪੰਜ ਪੰਜ ਮਤਲਬ ਨਿਕਲ ਜਾਂਦੇ। ਜੇ ਮੇਰੇ ਵਰਗੇ ਦਾ ਤੁਸੀਂ ਸੁਣੋ, ਉਹਦੇ ਤੁਸੀਂ 10 ਗਾਣੇ ਸੁਣ ਲਓ, ਉਹ 'ਚੋਂ ਇੱਕ ਮਤਲਬ ਨਹੀਂ ਬਣਦਾ। ਸੋ 10 ਵਾਰ ਉਹਦੇ ਵਿੱਚ ਮੈਂ ਸਟੋਰੀ ਜਿਹੜੀ ਹੁੰਦੀ ਹੈ, ਜਦ ਤੇਰੇ ਟਿੱਲੇ ਤੋਂ ਹੋ ਗਿਆ, ਕੰਨ ਕਰ ਗੱਲ ਸੁਣ ਮੱਖਣਾ, ਇਹੋ ਜਿਹੜੇ ਹੁੰਦੇ ਮਾਣਕ ਦੇ, ਚਮਕੀਲਾ ਸਾਹਿਬ ਦੇ, ਮੁਹੰਮਦ ਸਦੀਕ ਜੀ, ਉਹਨਾਂ ਦੇ ਗਾਣੇ। ਮਤਲਬ ਮੈਂ ਤਾਂ ਇੰਨੀ ਹੈਰਾਨ ਹਾਂ ਕਿ ਬੀਂਗ ਬੋਰਨ ਹੇਅਰ, ਕਿ ਤੁਸੀਂ ਉਹ ਸਿੰਗਰਸ ਨਾਲ ਦੇ ਨਾਮ ਲੈ ਰਹੇ ਹੋ ਕਿ ਜਿਹੜੇ ਅਸੀਂ ਵੀ ਨਹੀਂ ਕਦੇ ਦੇਖੇ। ਨਹੀਂ ਮੈਂ, ਦੈਟਸ ਨਾਈਸ, ਇਟਸ ਗ੍ਰੇਟ। ਪਤਾ ਕੀ, ਇਹ ਤੁਹਾਡਾ ਫਿਰ ਨਾ ਹਟ ਕੇ, ਜੇ ਜਿਹੜਾ ਹੁਣ ਸਿੰਗਰਸ ਕਹਿੰਦੇ ਨੇ ਅਸੀਂ ਹਟ ਕੇ ਹਾਂ, ਥੋੜ੍ਹੀ ਫਿਰ ਹਟ ਕੇ ਗੱਲ ਬਣਦੀ ਹੈ ਕਿ ਬਾਕੀਆਂ ਨਾਲੋਂ, ਜਿਹੜੇ ਬਾਕੀਆਂ ਦੇ ਸਿੰਗਰਸ ਦੇ ਵੀ ਜਿਹੜੇ ਗਾਣੇ ਭੰਗੜੇ ਦੇ ਗਾਉਂਦੇ ਆ, ਦੂਸਰੇ ਗਾਉਂਦੇ, ਅਤੇ ਜਿਹੜੇ ਇਹ ਗਾਣੇ ਆ ਨਾ, ਇਹ ਕੋਈ ਕੋਈ ਗਾਉਂਦਾ। ਹਾਂਜੀ, ਇਹ ਕੋਈ ਕੋਈ ਜਿਸ ਤਰ੍ਹਾਂ B2 ਵਾਲਾ, ਉਹ ਵੀ ਥੋੜ੍ਹੇ, ਹਾਂਜੀ ਉਹ ਵੀ ਇਸ ਉਹਨਾਂ ਦਾ ਸਟਾਈਲ ਦੇ ਵੀ ਇਹੋ ਜਿਹਾ ਹੀ ਹੈ ਕੁਛ। ਹਾਂ ਵੀ ਇਸ ਸਟਾਈਲ ਦੇ ਗਾਉਂਦੇ ਵੀ ਅਤੇ ਸੁਣਦੇ ਵੀ, ਮੇਰਾ ਖਿਆਲ ਹੈ ਮੈਂ ਉਹਨਾਂ ਨੂੰ ਥੋੜ੍ਹਾ ਹੀ ਮਿਲਿਆ। ਪਰ ਜਿਹੜੇ ਇਹ ਗੀਤ ਹੈ, ਪਲਸ ਦੀ ਅਦਰ ਥਿੰਗ, ਯੂ ਲਰਨ ਅ ਲੋਟ, ਸੋ ਯੂ ਲਿਸਨ ਟੂ ਇਟ, ਇਹਦਾ ਮਤਲਬ ਕੀ ਹੈ, ਦੈਨ ਯੂ ਗੋ ਟੂ ਸਮ। ਆਪ ਕਿਹਨੂੰ ਪੁੱਛਦੇ ਹੋ ਤੁਸੀਂ? ਮੈਂ ਆਪਸ ਬਣੇ ਆਸ ਹੀ, ਹੂ ਡੂ ਯੂ ਆਸ? ਪਹਿਲਾਂ ਤਾਂ ਸਟੂਡੀਓ 'ਚ ਪੁੱਛੀਦਾ ਜੇ ਕੋਈ ਉੱਥੇ ਹੋਵੇ, ਨਹੀਂ ਤਾਂ ਫਿਰ ਮੇਰੇ ਇੰਡੀਆ ਦੇ ਜਿਹੜੇ ਫਰੈਂਡ ਆ ਉਹਨਾਂ ਤੋਂ, ਰਾਏ ਕਾਲਸੀ ਭਾਜੀ ਰਾਈਟਰ ਆ, ਉਹਨਾਂ ਤੋਂ ਪੁੱਛ ਲਈਦਾ। ਪਹਿਲਾਂ ਦੇਵਰਾਜ ਅੰਕਲ ਹੁਣਾਂ ਤੋਂ, ਨਹੀਂ ਤੁਹਾਡੇ ਮੰਮ ਡੈਡ ਵੀ ਦੱਸ ਦਿੰਦੇ ਹੋਣੇ, ਹਾਂ ਵੀ ਇਹ ਕੀ ਮਤਲਬ ਹੈ ਇਸਦਾ, ਯੂ ਨੋ, ਘਰੇ ਵੀ ਪੁੱਛ ਲਈਦਾ ਇਹਦਾ ਕੀ ਮਤਲਬ ਆ। ਮੇਰਾ ਇੱਕ ਗੀਤ ਆ ਹੁਣ ਆ ਰਿਹਾ, ਉਹਦੇ ਵਿੱਚ ਹੈਗਾ ਭਾਈ ਚਾਂਬਲੇ ਕੰਨਾਂ ਵਾਲੇ ਚੁੰਬ ਕੇ। ਅੱਛਾ, ਮੈਨੂੰ ਚਾਂਬਲੇ ਦਾ ਨਹੀਂ ਪਤਾ ਸੀ ਕੀ। ਅੱਛਾ, ਇਹਦਾ ਕੀ ਮਤਲਬ ਹੈ? ਉਹ ਕਹਿੰਦੇ ਵੀ ਜਿੱਦਾਂ ਚਾਂਬਲ ਕੇ ਹਿਲਦੇ ਜਦੋਂ ਆਪਾਂ ਕਿਸੇ ਬੱਚੇ ਨੂੰ ਕਹਿੰਦੇ ਐਵੇਂ ਨਾ ਚਾਂਬਲੀ ਜਾ, ਹਾਂਜੀ ਹਾਂਜੀ, ਯੂ ਨੋ, ਸੋ ਇਟਸ ਲਾਈਕ ਝੁਮਕੇ ਆਉਂਦੀ ਬਿਊਟੀ ਦਿਖਾਉਂਦੇ। ਬਿਲਕੁਲ ਜੀ, ਉਹ ਕਹਿੰਦੇ ਸੁਰਮਾ ਪਾਉਣਾ ਕਿਸੇ ਕਿਸੇ ਨੂੰ ਆਉਂਦਾ, ਮਟਕਾਉਣਾ ਕਿਸੇ ਨੂੰ ਆਉਂਦਾ, ਸੋ ਉਹ ਝੁਮਕਿਆਂ ਦੀ ਗੱਲ ਹੈ ਕਿ ਝੁਮਕੇ ਪਾਉਣੇ ਕਿਸੇ ਕਿਸੇ ਨੂੰ ਆਉਂਦੇ ਹੈ, ਉਹ ਜਿਹੜੇ ਮਟਕਦੇ ਨਾ ਜਿਹੜੇ ਝੁਮਕੇ, ਉਹ ਚਾਂਬਲੇ ਹੈ। ਗੱਲ ਤਾਂ ਮਟਕਣ ਦੀ ਹੈ, ਜਿਹੜੇ ਅਸੀਂ ਵੀ ਹੁਣ ਕੱਪੜੇ ਪੱਕ ਪੁੱਕ ਮੰਨ ਲਈ ਦੀ ਠੀਕ ਹੈ, ਪਰ ਜਿਹਨੂੰ ਇਹ ਸਾਂਭਣੀ ਆ ਗਈ, ਦੈਟਸ ਇਟ। ਕੋਈ ਵੀ ਡਰੈਸ, ਕੋਈ ਵੀ ਕੁਛ ਪਾ ਲਿਆ ਨਾ, ਯੂ ਹੈਵ ਟੂ ਕੈਰੀ ਵੈਰੀ ਨਾਈਸਲੀ, ਜੇ ਇਫ ਯੂ ਕਾਂਟ ਕੈਰੀ ਫਿਰ ਜਲੂਸ ਹੈ ਤੁਹਾਡਾ। ਜਿੱਦਾਂ ਹੁਣ ਮੈਂ ਪੱਗ ਬਣ ਕੇ ਜਾ ਆਇਆ, ਪੱਗ ਪੈ ਗਈ, ਉਹ ਗੱਲ ਨਹੀਂ ਬਣਦੀ, ਪੱਗ ਦਾ ਵੀ ਰੋਬ ਹੋਣਾ ਚਾਹੀਦਾ, ਜਿਹੜਾ ਕਿ ਤੁਸੀਂ ਪੂਰਾ ਦਿਖਾ ਰਹੇ ਹੋ, ਕੱਪੜਾ ਵੀ ਜਿਵੇਂ ਹੁਣ ਵੀਡੀਓਜ਼ ਦੇ ਵਿੱਚ ਜਦੋਂ ਕੋਈ ਵੀ ਮਾਡਲ ਜਾਂ ਕੋਈ ਵੀ ਕੁੜੀ ਸਾਡੇ ਨਾਲ ਕੰਮ ਕਰਦੀ, ਅਸੀਂ ਕੋਸ਼ਿਸ਼ ਕਰੀ ਤਾਂ ਬਈ ਉਹਨੂੰ ਐਨ ਨਾਈਸਲੀ ਪੋਰਟਰੇ ਕਰੀਏ। ਬਿਲਕੁਲ, ਹੈ ਨਾ, ਇਹੋ ਜਿਹੀ ਚੀਜ਼ ਨਹੀਂ ਬਈ, ਵੈਸਟਰਨ ਡਰੈਸ ਮੈਂ ਲਾਈਕ ਨਹੀਂ ਕਰਦਾ। ਤੁਸੀਂ ਮੇਰੇ ਕੋਈ ਵੀ ਵੀਡੀਓ ਦੇਖ ਲਓ, ਤੁਹਾਨੂੰ ਨੋਟ ਕਰਿਓ ਟ੍ਰੈਡੀਸ਼ਨਲ ਹੁੰਦੇ, ਟ੍ਰੈਡੀਸ਼ਨਲ ਡਰੈਸ ਹੀ ਹੁੰਦਾ। ਮੈਂ ਟ੍ਰੈਡੀਸ਼ਨਲ ਦੇਖਿਆ, ਔਰ ਮੈਂ ਤੁਹਾਨੂੰ ਦੇਖਿਆ ਸਟੇਜ 'ਤੇ ਵੀ, ਤੁਸੀਂ ਕਿਸੇ ਦਰਖਤ ਦੇ ਨੀਚੇ ਜਾਂ ਕਿਸ ਤਰ੍ਹਾਂ ਪੂਰਾ ਪ੍ਰੋਪਰ ਪੁਰਾਣਾ ਸਟਾਈਲ ਹੈ ਨਾ, ਦੈਟਸ ਵੈਰੀ ਗੁੱਡ। ਨੋਟ ਆਲ ਦਾ ਸਿੰਗਰਸ ਦੇ ਵਾਂਟ ਦਾ ਸੇਮ ਸੋਰਟ ਆਫ ਸਟੇਜ। ਮੈਨੂੰ ਉਹੀ ਪਸੰਦ ਆ, ਨਾਲੇ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਉਹੀ ਕਰੋ। ਹੁਣ ਮੈਨੂੰ ਤੁਸੀਂ ਕਹਿ ਦਿਓ ਰੈਪ ਕਰਦੇ, ਮੈਨੂੰ ਨਹੀਂ ਆਉਣਾ। ਮੈਨੂੰ ਤੁਸੀਂ ਕਹਿ ਦਿਓ ਜਸਟਿਨ ਬੀਬਰ ਦਾ ਗਾਣਾ ਗਾ ਦੇ, ਉਹ ਮੈਨੂੰ ਨਹੀਂ ਆਉਣਾ, ਹੈ ਨਾ। ਪਰ ਜੇ ਤੁਸੀਂ ਮੈਨੂੰ ਕਹੋ ਤੁਸੀਂ ਮੁਹੰਮਦ ਸਦੀਕ ਦਾ ਗਾਣਾ ਗਾ ਦੇ, ਹੈ ਨਾ, ਯੂ ਕੈਨ ਡੂ ਦੈਟ, ਕਰ ਸਕਦੇ। ਸੋ ਜਿਹੜੀ ਚੀਜ਼ ਤੁਹਾਨੂੰ ਆਉਂਦੀ, ਜਸਟਿਕ ਟੂ ਸਟਿਕ ਟੂ ਦੈਟ, ਬਿਲਕੁਲ, ਸਾਰੇ ਅਪਰੀਸ਼ੀਏਟ ਸਾਰਾ ਕੁਝ ਕਰੋ। ਗਾਰਡਨ ਦੇ ਵਿੱਚ ਫੁੱਲ ਹੁੰਦੇ ਇੱਕ ਤਰ੍ਹਾਂ ਦਾ ਤਾਂ ਨਹੀਂ, ਬਿਲਕੁਲ ਬਗੀਚਾ ਬਣਦਾ ਉਹਦਾ, ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ, ਦੇਖ ਕੇ ਉਹਦੀ ਬਿਊਟੀ ਦੇਖਾਂਗੇ, ਪਰ ਜਿਹੜਾ ਆਪਣਾ ਉਹ ਹੁੰਦਾ ਉਹ ਨਾ ਯੂਜ਼ ਕਰੋ। ਬਿਲਕੁਲ, ਹਮੇਸ਼ਾ ਹੀ ਨਕਲ ਵੀ ਉਹੀ ਕਰੋ ਜਿਹੜਾ ਤੁਸੀਂ ਅਕਲ ਨਾਲ ਵਜਾ ਕਰ ਸਕੋ। ਹਾਂਜੀ ਹਾਂਜੀ, ਮੈਨੂੰ ਯਾਦ ਹੈ ਸਾਡੇ ਸਕੂਲ 'ਚ ਕਹਿੰਦੇ ਹੁੰਦੇ ਸੀਗੇ, ਉਹ ਕਈ ਨਲੈਕਾਂ ਨੇ ਨਕਲ ਮਾਰੇ ਨਾ, ਉਹ ਵੀ ਗਲਤ ਮਾਰਨੀ, ਟੀਚਰ ਨੇ ਹਮੇਸ਼ਾ ਕਹਿਣਾ ਉਹ ਇਹ ਤਾਂ ਅਕਲ ਨਾਲ ਮਾਰ ਲੈਣੀ ਸੀ, ਯੂ ਨੋ। ਸੋ ਉਹੀ ਮਿਊਜ਼ਿਕ ਦੇ ਵਿੱਚ ਹੈ, ਕਈ ਵਾਰ ਤਾਂ ਨਕਲ ਅਕਲ ਨਾਲ ਵੱਜ ਜਾਂਦੀ ਹੈ। ਨਕਲ ਵੀ ਉਸ ਚੀਜ਼ ਦੀ ਬੰਦਾ ਕਰਦਾ ਜਿਹੜੀ ਉਹਨੂੰ ਸੋਹਣੀ ਲੱਗਦੀ ਹੈ, ਸੋਹਣੀ ਲੱਗਦੀ ਹੈ, ਸੱਚੀ ਵਧੀਆ ਲੱਗਦੀ ਹੈ, ਆਪਾਂ ਕਿਸੇ ਮਾੜੀ ਚੀਜ਼ ਦੀ ਨਾ। ਨਹੀਂ ਨਹੀਂ, ਨਕਲ ਕਰਨ 'ਚ ਕੋਈ ਉਹ ਨਹੀਂ, ਜਿਹੜੇ ਹੁਣ ਮੁਹੰਮਦ ਰਫੀ ਸਾਹਿਬ, ਲਤਾ ਮੰਗੇਸ਼ਕਰ ਜੀ, ਉਹਨਾਂ ਦੀਆਂ ਨਕਲ ਕਰਦੇ ਆ, ਨਹੀਂ ਨਹੀਂ, ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਦੇ ਨਕਸ਼ੇ ਕਦਮ 'ਤੇ, ਸੋ ਇਟਸ ਗ੍ਰੇਟ। ਹਾਂਜੀ, ਨਕਲ ਕਰਦੇ ਆ, ਉਸ ਤਰ੍ਹਾਂ ਦੇ ਬਣ ਤਾਂ ਨਹੀਂ ਸਕਦੇ, ਲੇਕਿਨ ਨਕਲ ਕਰਦੇ। ਹੁਣ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਮਤਲਬ ਕਿ ਕਿੰਨੀਆਂ ਕਵਾਲੀਆਂ ਕਈ ਲੋਕ ਗਾਉਣ ਲੱਗ ਗਏ, ਪਰ ਉਹ ਚੀਜ਼ ਨਹੀਂ ਬਣਦੀ, ਪਰ ਅੱਛਾ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਣਾ। ਪਰ ਉਹਨਾਂ ਦੀ ਦੇਖੋ ਤੁਸੀਂ, ਉਹਨਾਂ ਨੇ ਆਪਣੀ ਕਵਾਲੀ ਨਹੀਂ ਛੱਡੀ,
ਮਿਊਜ਼ਿਕ ਉਹਨਾਂ ਨੇ ਤਰ੍ਹਾਂ ਤਰ੍ਹਾਂ ਦਾ ਵਰਤਿਆ ਪਰ ਉਹ ਆਪਣੀ ਲੇਨ ਦੇ ਵਿੱਚ ਰਹੇ, ਕਵਾਲੀ ਨਹੀਂ ਉਹਨਾਂ ਨੇ ਛੱਡੀ, ਜਿੰਨੇ ਮਰਜ਼ੀ ਗੀਤ ਗਾਏ ਉਸ ਟੋਨ ਦੇ ਵਿੱਚ ਗਾਏ, ਬਸ ਕਵਾਲੀ ਦੇ ਵਿੱਚ ਗਾਏ, ਉਹ ਆਲੇ ਦੁਆਲੇ ਦਾ ਬਦਲ ਗਿਆ ਐਟਮੋਸਫੇਅਰ ਉਹ ਆਪਣਾ ਹੈ। ਦੱਸ ਵਾਰ ਮੈਨੂੰ ਵੀ, ਮੈਂ ਚਾਹੁੰਦਾ ਮੈਂ ਆਪ ਉਹੀ ਰਵਾਂ, ਆਲੇ ਦੁਆਲੇ ਜੋ ਮਰਜ਼ੀ ਹੁੰਦਾ ਰਹੇ। ਚਲੋ ਹੁਣ ਕਿਹੜਾ ਗੀਤ ਸੁਣਾਓਗੇ? ਅੱਛਾ ਆਪਣਾ ਜਿਹੜਾ ਤੁਹਾਡਾ ਦੂਸਰਾ ਡਿਊਟ ਸੀ ਕਿਹੜਾ, ਸ਼ਿਕਾਰੀ? ਹਾਂ ਪਰ ਉਹ ਨੋਕਝੋਕ ਜਿਹੀ ਵਾਲਾ ਸੀ ਉਹ, ਹਾਂ ਜੱਸੀ ਜੀ ਨੇ ਮੇਰੇ ਨਾਲ ਗਾਇਆ ਉਹ, ਐਟ ਅ ਟਾਈਮ ਅਸੀਂ ਇੱਕ ਮਾਈਕ 'ਤੇ ਗਾਇਆ ਸੀ। ਅੱਛਾ ਅੱਛਾ, ਉਹਨਾਂ ਨੇ ਜਦੋਂ ਪਹਿਲੀ ਵਾਰੀ ਗਾਇਆ ਹੁਣ ਮੈਨੂੰ ਨਾ ਕਹੀ ਮੈਨੂੰ ਉਹ ਸੁਣਾਉਣਾ ਪੈਣਾ, ਦੋਨੇ ਸੁਣਾਉਣੇ ਪੈਣੇ। ਅੱਛਾ ਜੱਸੀ ਜੀ ਨੇ ਸ਼ੁਰੂ ਕੀਤਾ ਸੀ, ਵੇ ਮੈਂ ਅੱਲੜੇ ਸ਼ਕੀਨ ਅੱਗੋਂ ਮੈਂ ਵੀ ਨਹੀਂ ਉਹ ਕੱਟ ਕੱਲ ਕੋਈ ਨਾ ਸੁਣਾਵਾਂ, ਕਹਿਣ ਕਹਾਉਂਦੀ ਕੀ ਤੂੰ ਦੱਸ, ਵੇ ਮੈਂ ਅੱਲੜੇ ਸ਼ਕੀਨ ਅੱਗੋਂ ਮੈਂ ਵੀ ਨਹੀਂ ਉਹ ਕੱਟ ਕੱਲ ਕੋਈ ਨਾ ਸੁਣਾ, ਕਹਿਣਾ ਚਾਹੁੰਦੀ ਕੀ ਤੂੰ ਦੱਸ, ਰਾਹੇ ਪਾ ਦਿਆਂ ਰਾਹੇ ਪਾ ਦਿਆਂ ਕੁਰਾਏ ਜਾਂਦੇ ਕੱਲੋਂ ਫੜ ਕੇ, ਕਿਹੜਾ ਤੱਕ ਲਓ ਸੋਹਣੇ ਤੱਕ ਲਓਗਾ ਮੇਰੇ ਵਾਲੇ ਅੱਖ ਭਰ ਕੇ, ਕਿਹੜਾ ਤੱਕ ਲਓ ਸੋਹਣਿਆ। ਕਿਆ ਬਾਤ ਹੈ, ਮੈਂ ਕਹਿਣਾ ਤੁਹਾਡੇ ਦੋਨੇ ਗੀਤ ਮੈਂ ਨਾ ਬਹੁਤ ਲਗਾਉਂਦੀ ਹਾਂ, ਕਿਉਂਕਿ ਕਈਆਂ ਦੇ ਗੀਤ ਤੁਹਾਡੇ ਨਹੀਂ 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 ਪਤਾ ਕੀ, ਕਈਆਂ ਨੂੰ ਦੋ ਗਾਣਾ ਸੱਜਦਾ, ਕਈਆਂ ਨੂੰ ਨਹੀਂ ਸੱਜਦਾ, ਅਤੇ ਜਿਹੜੀ ਤੁਹਾਡੀ ਦੋਨਾਂ ਦੀ ਨੋਕ ਚੋਕ ਸੀ ਨਾ, ਦੈਟ ਵਾਜ਼ ਵੰਡਰਫੁਲ। ਨਹੀਂ ਉਹਨਾਂ ਨੇ ਵਾਕਮ, ਉਹਨਾਂ ਨੇ ਮੈਨੂੰ ਪੁਆਇੰਟਰ ਵੀ ਦਿੱਤੇ, ਟਿਪ ਵੀ ਦਿੱਤੇ, ਤੂੰ ਆਹ ਗੱਲ ਇੱਥੋਂ ਇੱਦਾਂ ਕਹਿੰਦਾ, ਤੂੰ ਆਹ ਗੱਲ ਇੱਥੋਂ ਇੱਦਾਂ ਕਹਿੰਦਾ, ਅਤੇ ਮੈਨੂੰ ਸ਼ੀ ਸੋ ਗੁੱਡ, ਨੋ ਸ਼ੀ ਇਜ਼ ਵੈਰੀ ਗੁੱਡ, ਸ਼ੀ ਇਜ਼ ਵੈਰੀ ਗੁੱਡ। ਜਦੋਂ ਉਹਨਾਂ ਨੇ ਪਹਿਲੀ ਵਾਰੀ ਗਾਇਆ ਹੈ ਵੋਇਸ ਫੇਸ ਸਟ੍ਰਾਈਕ ਥਰੂ ਮੀ, ਮੈਂ ਉਹਨਾਂ ਨੂੰ ਉਹਨਾਂ ਨੇ ਜਦੋਂ ਅਸੀਂ ਪਤੰਦਰਾ ਗਾਇਆ ਉਹ ਅੱਡ ਅੱਡ ਗਾਇਆ, ਅੱਛਾ, ਅਤੇ ਜਦੋਂ ਸ਼ਿਕਾਰੀ ਗਾਇਆ ਉਹਨੇ ਕਿਹਾ ਸੀ ਸੁੱਖੀ ਚੰਦ ਭਾਜੀ ਨੂੰ ਵੀ ਮੈਂ ਮੁੰਡੇ ਦੇ ਨਾਲ ਗਾਉਣਾ, ਹਾਂ, ਅਤੇ ਫਿਰ ਅਸੀਂ ਦੋਨੋਂ ਪਤਾ ਆਪਾਂ ਪਤਾ ਕੀ ਜਦੋਂ ਨਾਲ ਗਾਉਂਦੇ ਹੋ ਨਾ ਤੁਹਾਨੂੰ ਤੁਸੀਂ ਦੂਸਰੇ ਨੂੰ ਦੱਸ ਸਕਦੇ ਹਾਂ ਕਿ ਹਾਓ ਇਟ ਗੋਇੰਗ, ਉੱਚਾ ਨੀਚਾ, ਯੂ ਨੋ ਯੂ ਕੈਨ ਟੈਲ। ਉਹਨਾਂ ਜਦੋਂ ਸ਼ੁਰੂ ਕੀਤਾ ਮੈਂ ਥੋੜ੍ਹਾ ਨਰਵਸ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਸੀ, ਬਟ ਉਹ ਐਸੀ ਨਾਈਸ ਲੇਡੀ ਆ, ਉਹਨਾਂ ਨੇ ਮੈਨੂੰ ਕੰਫਰਟੇਬਲ ਬਣਾਇਆ, ਹਾਂ ਕਰ ਇੱਦਾਂ ਇੱਦਾਂ ਗਾ ਇੱਦਾਂ ਗਾ। ਬਾਅਦ 'ਚ ਜਦੋਂ ਅਸੀਂ ਇੱਧਰ ਕੰਪਿਊਟਰ ਰੂਮ 'ਚ ਆਏ ਅਤੇ ਮੈਂ ਸੁੱਖੀ ਭਾਅ ਜੀ ਨਾਲ ਇੰਗਲਿਸ਼ 'ਚ ਗੱਲ ਕਰਨ ਲੱਗ ਪਿਆ, ਉਹਨਾਂ ਨੇ ਮੈਨੂੰ ਕਿਹਾ ਉਹ ਜਦੋਂ ਤੂੰ ਪੰਜਾਬੀ ਬੋਲਦਾ ਸਾਡੇ ਵਰਗੂ ਬੋਲਦਾ, ਜਦੋਂ ਇੰਗਲਿਸ਼ ਬੋਲਦਾ ਬਟਰ ਬਟਰ ਰਹਿਣਾ ਉਹ ਬੋਲਣਾ। ਸ਼ੀ ਇਜ਼ ਲਾਈਕ ਦੈਟ ਯੂ ਨੋ, ਪਰ ਐਂ ਜਾ ਕੇ ਐਨੀ ਪੀਕ ਆਵਾਜ਼ ਤੇ ਲੈ ਕੇ ਜਾਂਦੀ, ਅੱਡੀਆਂ ਚ ਚੁੱਕ ਕੇ ਗਾਉਂਦੀ ਹੈ ਜੱਸੀ ਨਾ, ਸ਼ੀ ਇਜ਼ ਵੈਰੀ ਗੁੱਡ ਐਂਡ ਐਜ਼ ਅ ਪਰਸਨ ਸ਼ੀ ਇਜ਼ ਵੈਰੀ ਨਾਈਸ, ਸ਼ੀ ਇਜ਼ ਵੈਰੀ ਨਾਈਸ। ਯਾ ਅੱਛਾ, ਫਿਰ ਕੋਸਟਿਊਮ ਕਿਸ ਤਰ੍ਹਾਂ ਦੀ ਲਾਈਕ ਕਰਦੇ ਹੋ ਸਟੇਜ ਤੇ ਪਾਣੀ ਹਮੇਸ਼ਾ ਤੁਸੀਂ ਕੋਸਟਿਊਮ? ਸਾਡੇ ਡਰੈਸਰ ਹੁੰਦੇ ਆ ਉਹ ਸਾਨੂੰ ਦੱਸ ਦਿੰਦੇ, ਵੈਸੇ ਮੈਂ ਕੁੜਤਾ ਤੰਬਾ ਉਹਦੇ ਵਿੱਚ ਕੰਫਰਟੇਬਲ ਜਾ ਕੰਫਰਟੇਬਲ ਫੀਲ ਕਰਦਾ, ਕੁੜਤਾ ਪਾ ਕੇ ਤੰਬਾ ਪਾ ਕੇ ਬੰਦਾ ਸਹੀ ਹੋ ਜਾਂਦਾ, ਭੰਗੜਾ ਪੈ ਜਾਂਦਾ, ਤੁਰਲੇ ਵਾਲੀ ਪਾ ਕੇ, ਤੁਰਲੇ ਵਾਲੀ ਪਾ ਕੇ ਸਿਰ ਤੇ ਨਾ ਹੱਥ 'ਚ ਸਾਜ ਫੜਿਆ ਹੋਰ, ਫਿਰ ਬੰਦਾ ਥੋੜ੍ਹਾ ਫੀਲ ਕਰਦਾ। ਕਹਿੰਦੇ ਨਾ ਜਿਵੇਂ ਆਰਮੀ ਨੇ ਨਾ ਜਦੋਂ ਯੂਨੀਫਾਰਮ ਪਾ ਲੈਂਦੇ ਆ, ਦੇ ਆਰ ਡਿਫਰੈਂਟ, ਹੈ ਨਾ, ਉਹੀ ਹਿਸਾਬ ਸਿੰਗਰ ਦਾ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਆਪਣੀ ਕੋਸਟਿਊਮ ਪਾ ਲਈ ਨਾ ਤੁਸੀਂ ਫਿਰ ਉਹ ਸਿਪਾਹੀ ਬਣ ਜਾਂਦੇ ਹੋ, ਉਸ ਗਾਣੇ ਦੇ ਸਿਪਾਹੀ ਬਣ ਜਾਂਦੇ ਹੋ। ਭੰਗੜੇ ਵਾਲੇ ਭੰਗੜੇ ਦਾ ਗਾਣਾ ਜਿਹੜਾ ਸੀ ਇਹਦੇ ਵਿੱਚ ਉਹਨਾਂ ਨੇ ਮੇਰੀ ਚਮਕੀਲਾ ਲੁੱਕ ਬਣਾਈ ਹੈ ਅਤੇ ਕੁੜਤਾ ਵੀ ਉਸ ਹਿਸਾਬ ਦਾ ਲਾਈਨਾਂ ਵਾਲਾ ਜੇ ਉਹ ਫਲਾਨਾ ਤਾਂ। ਅੱਛਾ, ਅਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਮੈਨੂੰ ਡਾਇਰੈਕਸ਼ਨ ਇਹੋ ਜਿਹੀ ਦੇਣੀ ਵਿੱਚ ਚਮਕੀਲਾ ਸਾਹਿਬ ਜਿਵੇਂ ਕਰਦੇ ਹੁੰਦੇ ਆ ਉਹ ਕਰੋ ਉਸ ਹਿਸਾਬ ਨਾਲ, ਉਹ ਜਿਹੜਾ ਐਸ ਐਸ ਕਰਕੇ ਬਿਲਕੁਲ, ਕਈ ਇੰਜ ਕਰਦੇ ਕਈ ਇੰਜ ਕਰਦੇ, ਇਟਸ ਨਾਈਸ। ਪਤਾ ਕੀ ਜੇ ਕਾਪੀ ਕਰਨੇ ਚੰਗੀ ਤਰ੍ਹਾਂ ਕਰੋ, ਮੈਂ ਤਾਂ ਸ਼ਰੇਆਮ ਕਹਿੰਦਾ ਮੈਂ ਕਾਪੀ ਕਰਦਾ, ਉਸਤਾਦ ਜੀ ਕੁਲਦੀਪ ਮਾਣਕ ਹੋ ਗਿਆ, ਚਮਕੀਲਾ ਸਾਹਿਬ ਹੋ ਗਏ, ਮੁਹੰਮਦ ਸਦੀਕ ਹੋ ਗਏ, ਮੈਂ ਇਹਨਾਂ ਦੀ ਮੈਂ ਖੁੱਲ੍ਹ ਕੇ ਕਹਿੰਦਾ ਸਾਰੇ ਦੇ ਸਾਹਮਣੇ। ਕਦੇ ਇਸ ਚੀਜ਼ ਦਾ ਸਾਹਮਣਾ ਵੀ ਕਰਨਾ ਪਿਆ ਵੀ ਕਿਸੇ ਸਿੰਗਰ ਨੇ ਕਿਹਾ ਵੀ ਤੂੰ ਕਾਪੀ ਕਰਦਾ? ਉਸਤਾਦ ਜੀ ਕੁਲਦੀਪ ਮਾਣਕ ਮੈਨੂੰ ਕਹਿੰਦੇ ਦਾੜੀ ਤਾਂ ਮੇਰੇ ਅੱਗੇ ਰੱਖੀ ਹੈ ਤਾਂ ਹੁਣ ਗਾਉਣ ਵੀ ਨਹੀਂ। ਕਦੇ ਜਿਹੜੇ ਆਮ ਸਿੰਗਰਸ ਹੈ ਉਹ ਕਦੇ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਇਹ ਸਮਝਦਾ ਹੈ ਉਹ ਸਮਝਦਾ, ਹੈ ਨਾ? ਹਮੇਸ਼ਾ ਹੀ ਜਦੋਂ ਵੀ ਕਿਤੇ ਅਸੀਂ ਬੈਕ ਸਟੇਜ ਹੋਏ ਤਾਂ ਕਈ ਸਿੰਗਰ ਤਾਂ ਬਹੁਤ ਨਾਈਸ ਆ, ਜੈਸੀ ਬੀ ਭਾਜੀ ਦਾ ਇਗਜ਼ਾਮਪਲ, ਜਸਟ ਐਸ ਇਗਜ਼ਾਮਪਲ, ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਬੁਲਾਉਣਾ, ਆ ਵਗੜਾ ਆ ਜਾ ਇੱਧਰ ਮੇਰੇ ਕੋਲ ਬੈਠ ਜੇ ਉਹ ਫਲਾਣਾ। ਕਈ ਜਿਹੜੇ ਹੁੰਦੇ ਆ ਉਹ ਥੋੜ੍ਹਾ ਜਿਹਾ ਧੌਣ 'ਚ ਸਰੀਆ ਲੈ ਕੇ ਬੈਠੇ ਰਹਿੰਦੇ, ਮੈਂ ਕੀ ਕਰ ਰਿਹਾ, ਮੈਂ ਕੀ ਕਰ ਰਿਹਾ, ਕਦੇ ਐਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਮੈਂ ਕਦੇ ਇਹ ਦੇਖਿਆ ਨਹੀਂ, ਆ ਬੀ ਓਨੈਸਟ ਵਿਦ ਯੂ, ਮੈਂ ਹੋਰ ਕਿਸੇ ਦਾ ਜੇ ਮੈਨੂੰ ਬਾਹਲਾ ਹੀ ਚੰਗਾ ਲੱਗਾ ਤਾਂ ਮੈਂ ਦੇਖ ਲੈਂਦਾ ਹੁੰਦਾ, ਇਟਸ ਸਮਥਿੰਗ ਰੀਲੀ ਗੁੱਡ, ਤੇ ਮੈਂ ਉਹਨੂੰ ਯੂਟਿਊਬ ਤੇ ਜਾਂ ਜਿੱਥੇ ਵੀ ਮਰਜ਼ੀ ਪਲੈਟਫਾਰਮ ਤੇ ਜਾ ਕੇ ਦੇਖ ਲੈਂਦਾ ਹੁੰਦਾ, ਬਟ ਮੈਂ ਕਿਸੇ ਦਾ ਧਿਆਨ ਨਹੀਂ ਬਾਹਲਾ ਨਹੀਂ ਕਰਦਾ। ਪਤਾ ਕਿ ਪੀਪਲ ਸ਼ੁੱਡ, ਚਾਹੇ ਕੋਈ ਵੀ ਕਿਸ ਤਰ੍ਹਾਂ ਦੀ ਕਾਪੀ ਕਰ ਰਿਹਾ ਕੁਛ ਕਰ ਰਿਹਾ, ਪੀਪਲ ਸ਼ੁੱਡ, ਸਿੰਗਰ ਸ਼ੁੱਡ ਐਪਰੀਸ਼ੀਏਟ। ਮੈਂ ਕੱਲ੍ਹ ਇਹੀ ਗੱਲ ਕਰ ਰਹੀ ਸੀਗੀ
कोई भी कुछ चंगा करता है ना, आई ऑलवेज ट्राई टू एडमायर दोज पीपल, आई ऑलवेज ट्राई टू सपोर्ट दैम। जिहड़ा कोई मेहनत करता है ना, सच्ची दसा मेरा दिल बहुत करता है कि अगले नूं सपोर्ट करो, यू नो, जिहड़े मेहनत नाल गाते हैं जां किस तरह, आई ऑलवेज ट्राई टू पुट देयर सोंग्स ऑन। मैनूं जदों मैसेज आते हैं सोशल मीडिया पर, कई बार लोग गाना भेज देंगे, जो मैंने वधिया लगे मैं ऑल द टाइम मैं हैल्प करता, जिदा अपने स्टोरी ते ला दिंदा, पोस्ट कर दिंदा, जो मर्जी है। मैं इंडिया जदों गया सी इस टाइम लास्ट टाइम जो गया लॉकडाउन तो पहला, तो चरणजीत ऊचा साहब उन्होंने मैं मिले, अच्छा, तो असी गलबात की, बहुत नाइस, उन्होंने नेचर बहुत वधिया। तो उदों हंसराज हंस साहब वो भी आ गए थे, मास्टर सिंह भाजी भी आ गए थे, असी सारे उत्थे बैठे थे, तो असी गल कर रहे थे। उन्होंने मैंने कहा भी एक इंग्लैंड चो एक सुखी आ मुंडा, वह स्कूल आ कोई ट्रू स्कूल, हाँ उन्होंने पता। तो फिर मैं जो वापस आया मैं सुखी को फोन किया, मैं सुख भी मैं इदा इदा उसताद जी ने मिलया, उन्होंने होर किसी का नाँ नहीं लिया, तेरा नाँ लिया, अच्छा, उन्होंने भी मैंने कहा तू दसता सी मेरा स्कूल नहीं भी मेरा नाँ सुखी, मैं नहीं दस। एंड डू यू नो सुखी इज वेरी स्ट्रिक्ट एज वेल विद द हिज म्यूजिक। नहीं स्ट्रिक्ट हैगा पर अच्छा, नहीं अच्छा है, उन्होंने आंदा करके ता ही स्ट्रिक्ट। एक दिन मैं थोड़ी एक बार दसा, मैं वारिस ब्रदर्स का ना होस्ट कर रही थी शो, अच्छा स्टेज के पिछे वारिस ब्रदर्स भी बैठे से, मैं भी तो सुखी भी, तो सुखी कहना जी तैनू नॉलेज लगती है, मैं क्या हाँ हैगी थोड़ी जी, कहते अच्छा मैंने तुम्हें ताला करके दिखा, मैं पूरा इम्तिहान लवोंगे तुसी। सो अच्छा है ना जो जो कुछ सिखाता हो ना वो पूरा स्ट्रिक्ट होना चाहिए अपने मामले। आई ट्राई टू स्पीक टू एवरीवन, जेड़ा भी कोई होवे मैं नाइसली गल करदा, कोई इहो जी गल एक कड़ा सी लड़ाई करनी, बिल्कुल, ही इज वेरी नाइस, ही इज वेरी नाइस। कई मैंने पता कहते हैं स्ट्रिक्ट, पर जो वो सिखाते हैं उस उन्होंने तरीके नाल सीखना चाहिए, यू नो बंदा फिर सीख भी जाता है। अच्छा होर केड़ा सिंगर पसंद करते हो, गाना कि गाना सुनाना पसंद करोगे? मेरे मैं जेडे एवरग्रीन गाने वो ही ज्यादा सुनता हूं। सुनाओ एक अद्धा। मोहम्मद सिद्दीक जी का सुना दो जेड़ा मर्जी। ओ मुक गई भीम डबी चो यारो, आज कोई अमली ता डंग सारो, साडी रुसी फिरे कर तार, कौन मनावे तीर नू, हाय जिद निकल चली लगी तोड़ शरीर नू। ए मैं लगता जेडे अफीम खान वाले ना। वो तो खुश हो गए होने कि अज बंगे ने साडा गाना सुनाया। दोस्तों असं इस चीज़ को प्रमोट नहीं कर रहे, इट्स जस्ट अ सॉन्ग। इन लिखण वाले ने कमाल की होंगी है अपने तरीके ना लिखण, पर लिखण वाला भी जो आला दुआला देखता है उन्होंने लिखा होंगे। कई मैं कहते भी तू फलानी जे वो तंत्र ठीक है, शराब गुलाब कुड़ी फीम जे, बट इट्स जस्ट अ सॉन्ग, इट्स जस्ट इट्स एंटरटेनमेंट, ये नहीं है। हाँ असं जो लोग तत् गाते हैं ਉਹਦੇ ਵਿੱਚ ਹੁੰਦਾ ਕੋਈ ਮੈਸੇਜ ਹੋਵੇ, ਕੋਈ ਵਧੀਆ ਚੀਜ਼ ਹੋਵੇ, ਕੋਈ ਸੁਣੇ, ਯੂ ਨੋ ਉਹਨਾਂ ਥੋੜ੍ਹਾ ਜਿਹਾ ਐਨਰਜੀ ਹੋਵੇ। ਬਟ ਜਿਹੜਾ ਐਂਟਰਟੇਨਮੈਂਟ ਆ, ਹੁਣ ਜੇ ਆਪਣਾ ਪਤੰਦਰਾ ਹੀ ਗਾਣਾ ਲਾ ਲਓ, ਜੇ ਆਪਾਂ ਇਹਨੂੰ ਦੇਖਣਾ ਹੋਵੇ, ਇਟਸ ਜਸਟ ਐਂਟਰਟੇਨਮੈਂਟ। ਆਈ ਨੋ ਨਹੀਂ ਤਾਂ ਪਤੰਦਰਾ ਕਿਸੇ ਨੂੰ ਗੁੱਸੇ 'ਚ ਵੀ ਕਹਿ ਦਿੰਦੇ ਤੂੰ ਤਾਂ ਬੜਾ ਪਤੰਦਰ ਹੈ, ਯੂ ਨੋ, ਪਰ ਇਹ ਦੋਸਤੋ ਇਹਨਾਂ ਦਾ ਜਿਹੜਾ ਗੀਤ ਹੈ ਨਾ ਉਸ ਗੀਤ ਦਾ ਨਾਮ ਹੀ ਪਤੰਦਰਾ ਹੈ, ਯੂ ਨੋ, ਇਹ ਅਸੀਂ ਕੋਲੋਂ ਨਹੀਂ ਬਣਾਉਂਦੇ। ਮੈਂ ਜਦੋਂ ਵੀ ਨਾ ਦੇਖਦੀ ਹਾਂ ਇਹਨਾਂ ਦਾ ਉਸ 'ਤੇ ਗਾਣਾ ਕੰਪਿਊਟਰ 'ਤੇ ਨਾ ਪਤੰਦਰਾ ਲੱਭਦੇ ਹੁੰਦੇ ਹਾਂ ਅਸੀਂ ਕਿ ਬੈਂਗਰ ਦਾ ਪਤੰਦਰਾ ਕਿੱਥੇ ਹੈ। ਸੋ ਇਟਸ ਜਸਟ ਨੇਮ ਆਫ ਦਾ ਸੌਂਗ। ਤੁਸੀਂ ਕੰਪਿਊਟਰ 'ਤੇ ਲੱਭਦੇ, ਮੈਨੂੰ ਮੈਂ ਪਤਾ ਨਹੀਂ ਕਿੰਨਿਆਂ ਦਾ ਪਤੰਦਰਾ ਬਣੀ ਫਿਰਦਾ ਪਤੰਦਰਾ ਪਤੰਦਰਾ ਆ ਜਾ। ਪਤਾ ਕੀ ਜਿਹੜੀਆਂ ਇਹ ਕਈ ਚੀਜ਼ਾਂ ਜਿਸ ਤਰ੍ਹਾਂ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਮਰ ਜਾਣਾ ਮਾਨ, ਯੂ ਨੋ, ਸੋ ਇਹ ਕਈ ਚੀਜ਼ਾਂ ਬਣੀਆਂ ਜੇ ਉਹਨੂੰ ਪਿਆਰ ਨਾਲ ਬੋਲੋ ਨਾ ਤਾਂ ਉਹਦੀ ਸੈਂਸ ਪਿਆਰ ਵਾਲੀ ਬਣ ਜਾਂਦੀ ਹੈ, ਹੈ ਨਾ। ਅਲਫਾਸ ਆ ਉਹਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ। ਹੁਣ ਘਰਾਂ ਦੇ ਵਿੱਚ ਕਈ ਵਾਰੀ ਮਾਵਾਂ ਆਪਣੇ ਪੁੱਤਾਂ ਨੂੰ ਇਹੋ ਜਿਹੇ ਸ਼ਬਦ ਵੀ ਬੋਲਦੀਆਂ ਬੋਲ ਦਿੰਦੇ ਆ ਵੀ ਨਹੀਂ ਕਹਿਣੇ ਚਾਹੀਦੇ, ਤਾਂ ਵੀ ਉਹ ਪਿਆਰ ਨਾਲ ਕਹਿੰਦੇ, ਪਿਆਰ ਨਾਲ ਕਹਿੰਦੇ ਆ ਉਹ ਚੰਗੇ ਲੱਗਦੇ, ਚੰਗੇ ਲੱਗਦੇ। ਤੇ ਤੁਹਾਡੇ ਘਰ 'ਚ ਫਿਰ ਹੋਰ ਕੋਈ ਭੈਣ ਭਰਾ ਕੋਈ ਨਹੀਂ ਗਾਉਂਦਾ? ਨਹੀਂ ਕੋਈ ਗਾਉਂਦਾ ਨਹੀਂ ਹੈਗਾ। ਅੱਛਾ ਕੋਈ ਗਾਉਂਦਾ ਨਾ, ਕੋਈ ਸੰਗੀਤ ਦੇ ਵਿੱਚ ਨਾ ਕੋਈ ਗਾਉਂਦਾ ਨਾ। ਅੱਛਾ ਅੱਛਾ ਅੱਛਾ, ਚਲੋ ਉਹ ਕਹਿੰਦੇ ਗਾਣੇ ਸੁਣਾਓ ਹੋਰ, ਫਰਮਾਇਸ਼ ਆ ਰਹੀ ਕਿ ਗਾਣੇ ਗੁਣੇ ਸੁਣਾਓ। ਮੈਂ ਤਾਂ ਕਹਿ ਰਹੀ ਹਾਂ ਇਹਨਾਂ ਨੂੰ ਇਹ ਸ਼ਰਮ ਦੇ ਬਹੁਤ ਪਏ ਅੱਜ, ਨਹੀਂ ਤਾਂ ਬੈਂਗਰ ਹੋਵੇ ਔਰ ਸ਼ਰਮੇ ਬੜਾ, ਦੋਨੇ ਕੰਟਰਾਸਟ ਹੀ ਸੈਨ ਮੈਂ। ਤੁਸੀਂ ਗਾਣੇ ਗੁਣੇ ਸੁਣਾਓ ਇਹਨਾਂ ਨੂੰ, ਸੁਣਾ ਦਿੰਦਾ। ਹਾਂ ਚਲੋ ਚੀਜ਼ ਆ ਇਹ ਗਾਣੇ ਤਾਂ ਹਰੇਕ, ਚਲੋ ਹਾਂ ਚਲੋ ਚੀਜ਼ ਕੋਈ ਮੈਂ ਕਹਿਣਾ, ਦੋਸਤਾਂ ਨੇ ਕਹਿਣਾ ਗਾਣੇ, ਮੈਂ ਤਾਂ ਗਾਣੇ ਕਹਿ ਰਹੀ ਹਾਂ ਪਰ ਕੀ ਕਰਾਂ। ਹਾਂਜੀ ਟੈਲੀਫੋਨ ਆਇਆ ਹੋਊਗਾ ਕਿਸੇ ਦਾ, ਚਲੋ ਚਲੋ ਤੁਸੀਂ ਅਲਗੋਜੇ ਸੁਣਾਓ, ਅਲਗੋਜੇ ਸੁਣਾ ਦਿੰਦਾ। ਹਾਂਜੀ ਅਲਗੋਜੇ ਜੋੜੀ ਜੋ ਮਰਜ਼ੀ ਕੀ ਸੁਣ ਕੇ ਮਲਕੀ ਕੀ ਮਾਂ ਜੋ ਦਿਲ ਕਰਦਾ, ਟਾਈਮ ਜਾ ਰਿਹਾ ਆਪਣਾ ਜਲਦੀ ਜਲਦੀ।
क्या बात है, क्या बात है, बहुत अच्छे। ਇਹ ਸਾਹ ਨਹੀਂ ਚੜ ਜਾਂਦਾ ਜਦੋਂ ਕਰਦੇ? ਅੱਛਾ, ਮੈਂ ਜਦੋਂ ਦੇਵਰਾਜ ਅੰਕਲ ਹੁਣਾਂ ਕੋਲ ਪਹਿਲੀ ਵਾਰੀ ਗਿਆ ਹੈ ਨਾ, ਅਤੇ ਮੈਂ ਕਿਹਾ ਵੇ ਅੰਕਲ ਮੈਂ ਤੁਹਾਤੋਂ ਅਲਗੋਜੀ ਸਿੱਖਣੇ, ਕਹਿੰਦਾ ਠੀਕ ਆ। ਉਹ ਮੈਨੂੰ ਫਰੰਟ ਰੂਮ 'ਚ ਬਿਠਾ ਲਿਆ ਉਹਨਾਂ ਨੇ ਇੱਦਾਂ, ਅਤੇ ਉਹਨਾਂ ਨੇ ਜੋੜੀ ਕੱਢੀ ਅਤੇ ਵਜਾਉਣ ਲੱਗ ਪਏ। ਮੇਰਾ ਹੱਥ ਉਹਨਾਂ ਲੈ ਕੇ ਉਹਨਾਂ ਨੇ ਆਪਣੇ ਢਿੱਡ 'ਤੇ ਇੱਦਾਂ ਰੱਖ ਲਿਆ। ਅੱਛਾ, ਅਤੇ ਉਹ ਥੋੜ੍ਹੇ ਹੈਲਥੀ ਵੀ ਸੀਗੇ, ਅਤੇ ਉਹ 15 ਮਿੰਟ ਉਹਨਾਂ ਨੇ ਜੋੜੀ ਵਜਾਈ, ਅਤੇ ਮੇਰਾ ਹੱਥ ਉੱਥੇ ਵਜਾ ਕੇ ਉਹਨਾਂ ਨੇ ਜੋੜੀ ਲੱਗ। ਕਹਿੰਦਾ ਪਤਾ ਲੱਗਾ ਕੁਛ? ਮੈਂ ਕਿਹਾ ਨਹੀਂ। ਕਹਿੰਦਾ ਆਹ ਸਿੱਖ ਲਾ, ਆਹ ਤੈਨੂੰ ਆਪੇ ਆ ਜਾਣੇ ਆ। ਕਿੱਥੋਂ ਆਵਾਜ਼ ਕੱਢਣੀ ਹੈ ਇਹਦੀ? ਉਹ ਸਾਹ ਪਲਟਾਉਣਾ ਜਿਹੜਾ, ਜਿਵੇਂ ਕਿ ਹੁਣ ਆਪਾਂ ਲੰਬਾ, ਤੁਸੀਂ ਲੰਬਾ ਸਾਹ ਲੈ ਲਓ, ਸਾਹ ਲਓ, ਹੁਣ ਬਾਹਰ ਕੱਢੋ। ਦੇ ਯੂ ਆ, ਇਟ ਵਿਲ ਗੋ ਇਨ ਰਿਦਮ। ਵਾਓ, ਲੰਬੀ ਜੁਦਾਈ 4 ਦਿਨਾਂ ਦਾ, ਬਹੁਤ ਹੀ ਖੂਬਸੂਰਤ, ਯੂ ਨੋ ਇਟਸ ਗੁੱਡ। ਕਦੇ ਹਿੰਦੀ ਗੀਤਾਂ ਦਾ ਸ਼ੌਕ ਵੀ ਰੱਖਿਆ ਹੈ? ਕਦੇ ਗਾਇਆ, ਟਰਾਈ ਕੀਤੀ ਕਦੇ? ਹਿੰਦੀ ਨਹੀਂ, ਉਹਦਾ ਰੋਮਾਂਟਿਕ ਗੀਤ ਮੈਂ ਗਾਇਆ। ਹਾਂ, ਉਹੀ ਸੁਣਾਓ ਆਪਣਾ ਰੋਮਾਂਟਿਕ ਗੀਤ ਵੀ ਤੁਹਾਡਾ, ਜਲਦੀ ਹੀ ਕਾਂਸ਼ੀ ਟੀਵੀ ਤੇ ਲੱਗੇਗਾ। ਹਲੇ ਥੋੜਾ ਜਿਹਾ ਹਟ ਕੇ ਆਪਣੇ ਸਟਾਈਲ ਤੋਂ। ਅੱਛਾ, ਇਹਦੀ 2 ਲਾਈਨਾਂ ਸੁਣਾ ਦਿਓ। ਇਹ ਸਿੰਪਲ ਵਰਡਿੰਗ, ਮੈਂ ਤੇਰਾ ਹੱਥ ਫੜ ਕੇ ਵੇ ਹੁਣ ਕਦੇ ਛੱਡਣਾ ਨਹੀਂ ਸੱਜਣਾ, ਤੂੰ ਹੈ ਮੇਰੀ ਜਾਨ ਤੇਰੇ ਜਿਹਾ ਲੱਭਣਾ ਨਹੀਂ ਸੱਜਣਾ, ਮੈਂ ਤੇਰਾ ਹੱਥ ਫੜ ਕੇ ਵੇ ਹੁਣ ਕਦੇ ਛੱਡਣਾ ਨਹੀਂ ਸੱਜਣਾ। ਕਿਆ ਬਾਤ ਹੈ ਦੋਸਤੋ, ਇਹ ਜੇ ਹੋਵੇ ਨਾ ਮਿਊਜ਼ਿਕ ਦੇ ਨਾਲ ਤਾਂ ਇਟ ਸਾਊਂਡਸ ਡਿਫਰੈਂਟ, ਲੇਕਿਨ ਤੁਸੀਂ ਜਦੋਂ ਬਿਨਾਂ ਮਿਊਜ਼ਿਕ ਤੋਂ ਗਾਉਂਦੇ ਹੋ ਇਟ ਡਸ ਸਾਊਂਡ ਡਿਫਰੈਂਟ, ਹੈ ਨਾ? ਹਾਂ, ਦੈਟਸ ਰਾਈਟ। ਇਹ ਕਿਹਨੇ ਲਿਖਿਆ ਗੀਤ? ਇਹ ਰਾਏਕਾਲ ਸੀ ਭਾਜੀ, ਉਹਨਾਂ ਨੇ ਲਿਖਿਆ। ਰਾਏਕਾਲ ਇੰਡੀਆ ਤੋਂ? ਇੰਡੀਆ ਤੋਂ, ਹਾਂਜੀ, ਉਹਨਾਂ ਨੇ ਲਿਖਿਆ ਸੀ। ਉਹਨਾਂ ਨੇ ਵੀ ਮੈਨੂੰ ਕਿਹਾ ਸੀ, ਕਹਿੰਦਾ ਇਹ ਤੇਰੇ ਸਟਾਈਲ ਦਾ ਨਹੀਂ ਹੈਗਾ। ਹਾਂ ਭਾਜੀ, ਮੈਂ ਕੋਸ਼ਿਸ਼ ਕਰਨੀ ਆ, ਕੋਸ਼ਿਸ਼ ਕਰਨੀ, ਡਿਫਰੈਂਟ, ਬਿਲਕੁਲ ਸਮਥਿੰਗ ਡਿਫਰੈਂਟ। ਮੈਂ ਕਿਹਾ ਵੀ ਰੋਮਾਂਟਿਕ ਮੈਂ ਚਾਹੁੰਦਾ, ਕਹਿੰਦਾ ਤੇਰੇ ਤੇਰੇ ਹੱਡਾਂ 'ਚ ਨਹੀਂ ਹੈਗਾ ਰੋਮਾਂਸ, ਤੇਰੇ ਹੱਡਾਂ 'ਚ ਰੋਮਾਂਸ ਨਹੀਂ ਹੈ, ਤੇਰੇ ਹੱਡਾਂ 'ਚ ਰੋਮਾਂਸ ਨਹੀਂ ਹੈਗਾ। ਅੱਛਾ, ਚਲੋ, ਜਿਮ ਦੇ ਵਿੱਚ ਸੀਗਾ ਮੈਂ, ਉੱਥੇ ਮੇਰੇ ਫਰੈਂਡ ਆ, ਮੈਂ ਉਹਨਾਂ ਨੇ ਕਿਹਾ, ਮੈਂ ਉਹ ਸੀ ਜਿਮ ਲਾਉਂਦਾ ਸੀ, ਮੈਂ ਕਿਹਾ ਮੈਂ 6-ਪੈਕ ਬਣਾਉਣਾ। ਉਹ ਮੇਰਾ ਪਰ ਮਿੱਤਰ ਕਹਿੰਦਾ ਬਣਾ ਤਾਂ ਲਾਇਆ ਪਰ ਤੈਨੂੰ ਸਜਣਾ ਤਾਂ ਹੈ ਨਹੀਂ। ਕੀ ਗੱਲ, ਤੁਹਾਨੂੰ ਪਹਿਲਾਂ ਹੀ ਟੋਕ ਦਿੰਦੇ ਸਾਰੇ, ਤੂੰ ਇੱਦਾਂ ਤਾਂ ਚੰਗਾ ਲੱਗਦਾ। ਪਤਾ ਕੀ, ਤੁਸੀਂ ਆਪਣਾ ਇੰਪਰੈਸ਼ਨ ਇਹ ਜਿਹੀ ਬਣਾ ਲਿਆ ਨਾ, ਅਤੇ ਉਹ ਸਭ ਨੂੰ ਲੱਗਦਾ ਨਹੀਂ ਤੂੰ ਰਹਿਣ ਦੇ ਇੰਜ ਨਾ ਕਰੀ, ਇੱਦਾਂ ਦਾ ਠੀਕ ਲੱਗਦਾ, ਇੱਦਾਂ ਦਾ ਠੀਕ ਲੱਗਦਾ। ਅੱਛਾ, ਹੋਰ ਕਿਹੜੇ ਸਿੰਗਰ ਦਾ 1-2 ਲਾਈਨਾਂ ਸੁਣਾਓ ਨਾ ਸਾਡੇ ਸੁਣਨ ਵਾਲਿਆਂ ਨੂੰ। ਤੁਸੀਂ ਦੱਸੋ ਕਿਹੜਾ, ਜੇ ਤੁਸੀਂ ਹੋਰ ਵੀ ਤੁਹਾਡੇ ਗਾਣੇ ਬਣੇ, ਇਕੱਲੇ 2 ਡਿਊਟ ਤੁਹਾਡੇ ਨਾਲ ਬਣੇ, ਹੋਰ ਕਿਹੜੇ ਗਾਣੇ ਬਣੇ ਸਿੰਗਲ ਸੋਲੋ? ਸੋਲੋ ਟਰੈਕ ਜਿਹੜਾ ਸੋਲੋ ਤਾਂ ਐਟ ਅ ਟਾਈਮ ਤਾਂ ਹਲੇ ਭੰਗੜੇ ਦਾ ਗਾਣਾ ਹੀ ਆਪਣਾ ਪ੍ਰਮੋਟ ਕਰਦੇ ਆ। ਅੱਛਾ, ਪਹਿਲਾਂ ਸੋਲੋ ਨਹੀਂ ਗਾਇਆ ਕੋਈ? ਪਹਿਲਾਂ ਸੋਲੋ ਗਾਇਆ ਸੀ ਪਰ ਐਟ ਦ ਮੂਮੈਂਟ ਆਪਾਂ ਭੰਗੜੇ ਦੇ ਗਾਣੇ ਤੇ। ਹਾਂ, ਨਹੀਂ ਨਹੀਂ, ਪਰ ਸੋਲੋ ਜਿਹੜਾ ਕੋਈ ਪੁਰਾਣਾ ਗਾਇਆ ਹੋਵੇ ਉਹਦੀ 2 ਲਾਈਨਾਂ ਅੱਜ ਯਾਦ ਕਰਕੇ ਆਣੀਆਂ ਸੀ ਨਾ। ਹਾਂ ਬਿਲਕੁਲ, ਜੋ ਵੀ ਸੁਣਾਓ। ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਉਹ ਤਾਰਿਆਂ ਦੀ ਲੋਏ ਬਾਤਾਂ ਬਹਿ ਕੇ ਪਾਈਏ ਦੋਏ, ਤੈਨੂੰ ਇੱਕ ਦੇ ਤਵੀਤ ਵਾਂਗੂ ਰੱਖਣਾ, ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ। ਪਿਆਰ ਦਾ ਤੈਨੂੰ ਵੱਲ ਦੱਸਣਾ, ਜਿਹੜਾ ਕਹਿੰਦੇ ਤੁਹਾਡੇ 'ਚ ਹੈ ਨਹੀਂ ਦੋਸਤੋ। ਕਾਂਸ਼ ਟੀਵੀ 'ਤੇ ਸਾਡੇ ਬਹੁਤ ਹੀ ਤਰ੍ਹਾਂ ਦੇ ਕਲਾਕਾਰ ਆਉਂਦੇ ਨੇ, ਡਿਫਰੈਂਟ ਡਿਫਰੈਂਟ ਸਟਾਈਲ ਦੇ ਕਲਾਕਾਰ ਆਉਂਦੇ ਨੇ, ਲੇਕਿਨ ਸਾਡੇ ਬੰਗੜ ਜੀ ਦਾ ਬਿਲਕੁਲ ਹੀ ਡਿਫਰੈਂਟ ਸਟਾਈਲ ਹੈ, ਇਹਨਾਂ ਦੇ ਗਾਉਣ ਦਾ, ਇਹਨਾਂ ਦਾ ਭੰਗੜਾ ਪਾਉਣ ਦਾ, ਇਹਨਾਂ ਦੇ ਸਾਜ਼ ਵਜਾਉਣ ਦਾ। ਸੋ ਸਾਡੇ ਪ੍ਰੋਗਰਾਮਾਂ 'ਚ ਹਰ ਤਰ੍ਹਾਂ ਦਾ ਸਿੰਗਰ ਆਉਂਦਾ ਹੈ, ਜਿਨ੍ਹਾਂ ਦੇ ਵਿੱਚ ਆਪਣੀ ਆਪਣੀ ਕਲਾ ਹੁੰਦੀ ਹੈ। ਸੋ ਅਸੀਂ ਬਹੁਤ ਹੀ, ਸਾਨੂੰ ਅੱਛਾ ਲੱਗ ਰਿਹਾ ਕਿ ਅੱਜ ਬੰਗੜ ਜੀ ਸਾਡੇ ਸਟੂਡੀਓ 'ਚ ਆਏ ਹੈ, ਬੜੀ ਦੇਰ ਬਾਅਦ ਆਏ ਹੈ, ਲੇਕਿਨ ਫਿਰ ਜਲਦੀ ਜਲਦੀ ਇਹਨਾਂ ਨੂੰ ਕਹਾਂਗੇ ਆਇਆ ਕਰੋ, ਤਾਂ ਕਿ ਤੁਸੀਂ ਇੱਥੇ ਦੇ ਨਾ ਯੂਜ਼ਡ ਹੋ ਜਾਓ ਐਟਮੋਸਫੇਅਰ ਦੇ। ਹਰੇਕ ਹਫ਼ਤੇ ਆ ਜਾਏਗਾ? ਨਹੀਂ, ਹਰੇਕ ਹਫ਼ਤੇ ਨਹੀਂ ਆਉਣਾ,
ਹਰੇਕ ਹਫ਼ਤੇ ਨਹੀਂ ਆਉਣਾ, ਲੇਕਿਨ ਅੱਛਾ ਲੱਗਦਾ ਕਿ ਤੁਸੀਂ ਆਏ ਹੋ ਅਤੇ ਨਾਲ ਸਾਡੇ। ਅੱਛਾ ਹੁਣ ਇੱਕ ਅੱਧੀ ਜਿਹੜੀ ਥੋੜ੍ਹੀ ਬੋਲੀਆਂ ਸੀਗੀਆਂ ਥੋੜ੍ਹੀ ਮੈਨੂੰ ਸੁਣਾ ਦਿਓ। ਮੈਨੂੰ ਇਹ ਅੱਛਾ ਲੱਗਦਾ ਕਿ ਤੁਸੀਂ ਇੰਨੇ ਵਧੀਆ ਸਟਾਈਲ ਦੇ ਨਾਲ, ਇੰਨੇ ਵਧੀਆ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ। ਕਈ ਅਸੀਂ ਇੰਟਰਵਿਊ 'ਤੇ ਜਾਈਦਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਗੱਲ ਕਹਿਣੀ ਕਿਹੜੀ ਗੱਲ ਨਹੀਂ ਕਹਿਣੀ। ਉਹ ਜਦੋਂ ਕਹਿੰਦੇ ਵੀ ਇਹ ਪੰਜਾਬੀ ਬੋਲਦਾ, ਉਹ ਪੰਜਾਬੀ 'ਚ ਅੜ ਜਾਂਦੇ ਆ। ਜਦੋਂ ਕਹਿੰਦੇ ਇੰਗਲਿਸ਼ ਬੋਲਦਾ, ਉਹ ਇੰਗਲਿਸ਼। ਤੁਸੀਂ ਦੋਨੇ ਇੰਨਾ ਨਾਈਸਲੀ ਕੀਤਾ, ਓਨੈਸਟਲੀ ਇਟ ਹੈਜ਼ ਫੈਲਟ ਲਾਈਕ ਐਨ ਇੰਟਰਵਿਊ। It's like we are sitting in the front room. We have an elegant chat. That's right. I never interview kai na question likh ke le aange. I never do that. I just have conversation. No, it has just sound like an interview. That's what I'm saying. So that's how it should. Aap andar aaye koi I have ji koi preparation nahi, koi paper nahi, kuch nahi. Dekh lo koi aap practice nahi kiti, koi kuch nahi. Main to kai log ki paper leke bhi taan bhi galat ho jande. ਬੋਲੀ ਸੁਣਾ ਜਾਣੀ ਤੇਰੇ ਥੋੜੀ ਬੋਲੀਆਂ ਵੀ ਤਾਈਆਂ ਸੀ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਲੈਚੀ, ਭੰਗੜਾ ਤਾਂ ਸੱਜਦਾ ਜੇ ਨੱਚੇ ਮੁੰਡੇ ਦੀ ਚਾਚੀ, ਹੋ ਭੰਗੜਾ ਤਾਂ ਸੱਜਦਾ। ਤੁਹਾਡੀਆਂ ਇੱਕ ਬੋਲੀਆਂ ਆਈਆਂ ਨਹੀਂ ਸੀਗੀਆਂ, ਮੈਨੂੰ ਲੱਗਿਆ ਸੀ ਤੁਹਾਡੀਆਂ ਬੋਲੀਆਂ ਆਈਆਂ। ਅੱਛਾ ਅੱਛਾ ਅੱਛਾ, ਫਿਰ ਸ਼ਾਇਦ ਮੈਂ ਕਿਸੇ ਹੋਰ ਸਿੰਗਰ ਨਾਲ ਕੰਫਿਊਜ਼ ਹੁੰਦੀ ਹੋਵਾਂ। ਅੱਛਾ, ਅਤੇ ਹੁਣ ਬੋਲੀਆਂ ਕਦੇ ਸੋਚੇ ਕਰਨ ਦੀਆਂ? ਕਰ ਦੂੰਗਾ, ਹੁਣ ਤੁਸੀਂ ਕਹਿ ਤਾ ਤਾਂ ਕਰਨਾ ਪੈਣਾ। ਹਾਂ, ਬੋਲੀਆਂ ਵੀ ਕਰੋ ਆਪਣੀ, ਜਿਸ ਤਰ੍ਹਾਂ ਇਹ ਭੰਗੜੇ ਦਾ ਗਾਣਾ ਕੱਢਿਆ ਨਾ, ਇਸ ਤਰ੍ਹਾਂ ਦਾ ਹੀ ਕੋਈ ਬੋਲੀਆਂ ਹੋਣ ਤਾਂ ਇਟ ਵਿਲ ਬੀ ਗੁੱਡ। ਤੁਹਾਡੇ ਨਾ ਤੁਹਾਡੇ ਮੂੰਹ 'ਤੇ ਨਾ ਮੈਂ ਦੇਖਿਆ ਡਿਊਟ ਸੱਜਦੇ। ਹਾਂਜੀ, ਡਿਊਟ ਮੇਰਾ ਅਗਲਾ ਜਿਹੜਾ ਗੀਤ ਹੈ ਉਹ ਡਿਊਟ ਹੀ ਆ। ਮੈਂ ਇਹ ਨਹੀਂ ਨਾਮ ਲਊਂਗਾ ਕਿ ਕਿਸ ਦੇ ਨਾਲ ਗਾਇਆ, ਬਟ ਉਹ ਡਿਊਟ ਆ। ਉਹਨਾਂ ਨਾਲ ਵੀ ਮੈਂ ਗਾ ਕੇ ਮੈਂ ਬਹੁਤ ਇੰਜੋਏ ਕੀਤਾ, ਜਿਹੜੇ ਸੀਗੇ ਮੇਰੇ ਪਾਰਟਨਰਸ, ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ। ਦੈਟਸ ਨਾਈਸ। ਅਖੀਰ 'ਚ ਜਲਦੀ ਦੇ ਕੇ ਕੀ ਕਹੋਗੇ ਮੈਸੇਜ ਆਪਣਾ? ਮੈਸੇਜ ਮੈਂ ਇਹੀ ਕਹੂੰਗਾ ਵੀ ਸਾਰੇ ਜਣੇ ਬਸ ਸਪੋਰਟ ਕਰੋ, ਮਿਊਜ਼ਿਕ ਨੂੰ ਸਪੋਰਟ ਕਰੋ, ਕਾਂਚੀ ਟੀ ਵੀ ਨੂੰ ਸਪੋਰਟ ਕਰੋ, ਐਂਡ ਜਸਟ ਸਟੇ ਹੈਪੀ। ਹਾਂ, ਥੈਂਕ ਯੂ ਸੋ ਮਚ। ਲਓ ਦੋਸਤੋ, ਸ਼ੁਕਰੀਆ ਅਦਾ ਕਰਾਂਗੇ ਅਸੀਂ ਬੈਂਗਰ ਜੀ ਦਾ, ਜਿਹੜੇ ਸਾਡੇ ਸਟੂਡੀਓ 'ਚ ਆ ਕੇ ਤੁਹਾਡਾ ਦਿਲ ਬਹਿਲਾਇਆ, ਔਰ ਫਿਰ ਆਉਣਗੇ ਦੁਬਾਰਾ, ਫਿਰ ਇਹਨਾਂ ਦਾ ਅਸੀਂ ਸਵਾਗਤ ਕਰਾਂਗੇ। ਲੇਕਿਨ ਆਪਣਾ ਖਿਆਲ ਰੱਖਣਾ, ਕਿਸੇ ਦਾ ਵੀ ਖਿਆਲ ਰੱਖਣਾ, ਕਿਸੇ ਦਾ ਖਿਆਲ ਰੱਖੋਗੇ ਨਾ ਉੱਪਰ ਵਾਲਾ ਤੁਹਾਡਾ ਖਿਆਲ ਰੱਖੇਗਾ। ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ, ਹਮੇਸ਼ਾ ਹੀ ਨਕਸ਼ੇ ਕਦਮਾਂ 'ਤੇ ਚੱਲੋ, ਕਿਸੇ ਦੇ ਅੱਛੀ ਤਰ੍ਹਾਂ ਚੱਲੋ, ਨਕਲ ਮਾਰੋ ਅੱਛੀ ਤਰ੍ਹਾਂ ਮਾਰੋ, ਤਾਂ ਕਿ ਉੱਪਰ ਵਾਲਾ ਵੀ ਕਹੇ ਹਾਂ ਵੀ ਮੈਂ ਜ਼ਮੀਨ 'ਤੇ ਭੇਜਿਆ, ਇਸ ਇਨਸਾਨ ਨੇ ਬੜੇ ਅੱਛੇ ਕੰਮ ਕੀਤੇ ਹੈ। ਸੋ ਹੁਣ ਅਸੀਂ ਆਵਾਂਗੇ, ਮੈਂ ਆਵਾਂਗੀ ਟਿਊਜ਼ਡੇ ਕੰਪੀਟੀਸ਼ਨ ਲੈ ਕੇ, ਔਰ ਨਾਲ ਨਾਲ ਬੜੀ ਇਨਫੋਰਮੇਸ਼ਨਸ ਅਸੀਂ ਦਿੰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ, ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਪ੍ਰੋਗਰਾਮਾਂ ਨੂੰ ਦੇਖਿਆ ਕਰੋ, ਕਾਂਸ਼ੀ ਟੀ ਵੀ ਦਾ ਹਮੇਸ਼ਾ 24 ਘੰਟੇ ਸਾਥ ਦਿਆ ਕਰੋ, ਸਾਰੀ ਮੈਨੇਜਮੈਂਟ ਦਾ ਸਾਥ ਦਿਆ ਕਰੋ, ਕਿਉਂਕਿ ਮੈਨੇਜਮੈਂਟ ਤੋਂ ਬਿਨਾਂ ਇਹ ਚੈਨਲ 'ਚ ਨਾਣੇ ਬੜੇ ਔਖੇ ਹੋ ਜਾਂਦੇ ਆ। ਸੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ, ਬਾਏ।